ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 40 ਮੁਕਤਿਆਂ ਦੀ ਧਰਤੀ ਮੁਕਤਸਰ ਸਾਹਿਬ ਤੋਂ ਇੱਕ ਵਾਰ ਤੁਹਾਡੇ ਨਾਲ ਫਿਰ ਜੁੜੇ ਹਾਂ ਅਕਾਲ ਚੈਨਲ ਦੇ ਮਾਧਿਅਮ ਦੇ ਨਾਲ। ਇੱਥੇ ਇੱਕ ਨਵਾਂ ਰੰਗ ਵੇਖਣ ਨੂੰ ਮਿਲਿਆ ਕਿ ਜਿਹੜਾ ਸਾਡਾ ਸਿੱਖ ਇਤਿਹਾਸ ਆ, ਮੌਜੂਦਾ ਦੌਰ ਤੋਂ ਲੈ ਕੇ ਪੁਰਾਤਨ ਸਮੇਂ ਤੱਕ ਸਿੱਖ, ਚਾਹੇ ਉਹ ਮਿਸਲਾਂ ਦਾ ਸੰਘਰਸ਼ ਹੋਵੇ ਜਾਂ 20ਵੀਂ ਸਦੀ ਦੇ ਦੌਰਾਨ ਜਿਹੜਾ ਹੁਣ ਦਾ ਸੰਘਰਸ਼ ਆ, ਉਹ ਇਸ ਤੋਂ ਪਹਿਲਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਰਿਹਾ ਜਾਂ ਇਸ ਤੋਂ ਪਹਿਲਾਂ ਗੁਰੂ ਕਾਲ ਜਿਹੜਾ ਰਿਹਾ, ਸਾਰਿਆਂ ਨਾਲ ਸੰਬੰਧਿਤ ਇੱਕ ਤਸਵੀਰਾਂ ਦੀ ਪ੍ਰਦਰਸ਼ਨੀ ਇੱਥੇ ਲਾਈ ਗਈ ਆ। ਤਸਵੀਰਾਂ ਨੂੰ ਪ੍ਰਦਰਸ਼ਨ ਕਰਨ ਵਾਲੇ ਇਹਨਾਂ ਤਸਵੀਰਾਂ ਦਾ ਭਾਈ ਪਰਮਜੀਤ ਸਿੰਘ ਅੰਮ੍ਰਿਤਸਰ ਤੋਂ ਸਾਡੇ ਨਾਲ ਇੱਥੇ ਜੁੜ ਚੁੱਕੇ ਆ, ਜਿਨ੍ਹਾਂ ਨੇ ਸਾਰਾ ਉਪਰਾਲਾ ਆਪਣੇ ਸਾਥੀ ਸਿੰਘਾਂ ਸਮੇਤ ਕੀਤਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਵੇਂ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਦੇ ਨਾਲ ਦੀ ਨਾਲ ਦਰਸ਼ਨ ਵੀ ਕਰਵਾਉਣੇ ਹਾਂ ਅਤੇ ਗੱਲਬਾਤ ਵੀ ਕਰਨੀ ਆ, ਇਹਨਾਂ ਦੇ ਵਿਚਾਰ ਵੀ ਜਾਣਨੇ ਆ, ਸਭ ਤੋਂ ਪਹਿਲਾਂ ਇਹ ਪੁੱਛਦੇ ਹਾਂ ਕਿ ਤੁਹਾਡੇ ਮਨ ਦੇ ਵਿੱਚ ਇਸ ਪ੍ਰਦਰਸ਼ਨੀ ਨੂੰ ਲਾਉਣ ਦਾ ਜਿਹੜਾ ਵਾ ਉਹ ਸੁਪਨਾ ਜਿਹੜਾ ਵਾ ਕਿਵੇਂ ਜਨਮ ਲੈਂਦਾ? ਵੇਖੋ ਜੀ, ਜਿਹੜੀ ਵੀ ਇਨਫੋਰਮੇਸ਼ਨ ਹੈ ਨਾ, ਜਿੱਦਾਂ ਕਿ ਫਿਲੋਸਫਰ ਨੇ ਕਿਹਾ ਕਿ ਪਾਵਰ ਇਜ਼ ਨੌਲੇਜ, ਹੈ ਨਾ, ਹੁਣ ਪਾਵਰ ਬਣ ਗਈ ਨੌਲੇਜ, ਜਿਹੜੀ ਉਹਨਾਂ ਦੇ ਸੋਰਸਾਂ ਰਾਹੀਂ ਚੀਜ਼ ਆਉਣੀ ਆ ਉਹ ਸਾਨੂੰ ਚਾਹੀਦੀ ਨਹੀਂ। ਅਸਲ 'ਚ ਸਾਨੂੰ ਜੋ ਚਾਹੀਦਾ ਵਾ ਉਹ ਸਾਡੇ ਕੋਲ ਅਦਾਰੇ ਹੈ ਨਹੀਂ ਗੇ, ਨਾ ਸਾਡੇ ਕੋਲ ਕਾਲਜ, ਯੂਨੀਵਰਸਿਟੀ ਜਾਂ ਕੋਈ ਹੋਰ ਅਦਾਰਾ ਵਾ, ਗੁਰਦੁਆਰਿਆਂ ਉੱਤੇ ਵੀ ਉਹ ਤੇ ਰਾਹੀਂ ਕਾਬਜ਼ ਆ, ਜਾਂ ਟੀ ਵੀ ਆ, ਰੇਡੀਓ ਆ, ਜਾਂ ਅਖਬਾਰਾਂ ਵਾ, ਸੈਂਸਰਸ਼ਿਪ ਆ। ਸੋ ਸਾਨੂੰ ਕੁਛ ਵੀ ਇੱਦਾਂ ਦਾ ਕਰਨਾ, ਇਹ ਸਟਾਰਟ ਜਿੱਦਾਂ ਇੱਕ ਨਾ ਇਹਦਾ ਇਹ ਹੁੰਦਾ ਕਿ ਜਦੋਂ ਆਪਾਂ ਵੇਖਦੇ ਹਾਂ ਸਾਡੇ ਵਿੱਚ ਕੋਈ ਪੜ੍ਹਨ ਦਾ ਚਾਅ ਪੈਦਾ ਹੋ ਸਕਦਾ ਜਾਂ ਕੋਈ ਸਾਡੇ ਮਨ ਵਿੱਚ ਕੋਈ ਸਾਖੀ ਆ ਸਕਦੀ ਆ। ਸੋ ਇਹ ਪ੍ਰਦਰਸ਼ਨੀ ਨੂੰ ਮੈਨੂੰ ਲੱਗਦਾ ਕਿ ਇਹ ਸ਼ੁਰੂਆਤੀ ਜਿਹੜਾ ਰੂਪ ਆ ਆਪਾਂ ਨੂੰ ਇਹ ਦੇਣਾ ਚਾਹੀਦਾ। ਸੋ ਇਸ ਕਰਕੇ ਆਪਾਂ ਸ਼ੁਰੂ ਕੀਤਾ ਜੀ। ਇਹ ਤਾਂ ਚਲੋ ਇਹਨਾਂ ਦੀ ਮੁੱਢਲੀ ਗੱਲਬਾਤ ਆਪਾਂ ਸ਼ੁਰੂ ਕੀਤੀ ਆ। ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਹੜੇ ਕਿਹੜੇ ਦ੍ਰਿਸ਼ ਨੇ, ਕੁਛ ਪਰਮਜੀਤ ਸਿੰਘ ਦੱਸੀ ਜਾਂਦੇ ਆ, ਕੁਝ ਮੈਂ ਵੀ ਨਾਲ ਦੀ ਨਾਲ ਉਹਨਾਂ ਦਾ ਸਹਿਯੋਗ ਕਰਦਾ। ਨਵੰਬਰ 1984 ਦਾ ਇਹ ਦ੍ਰਿਸ਼ ਹੈ ਜਦੋਂ ਸਿੱਖਾਂ ਨੂੰ ਇੱਕ ਸ਼ਰਨਾਰਥੀ, ਇਸ ਭਾਰਤ ਦੇ ਵਿੱਚ ਸ਼ਰਨਾਰਥੀ ਬਣਨਾ ਪਿਆ, ਜਦੋਂ ਨਵੰਬਰ 84 ਦੇ ਵਿੱਚ ਪਹਿਲੇ ਤੋਂ 7 ਤਰੀਕ ਤੱਕ ਇਹਨਾਂ ਦਾ ਸਿੱਖਾਂ ਦਾ ਜੋ ਹਾਲ ਕੀਤਾ ਗਿਆ। ਅਤੇ ਸੋ ਇਹ ਤੁਸੀਂ ਵੇਖ ਰਹੇ ਹੋ ਅਗਲਾ ਜਿਹੜਾ ਦ੍ਰਿਸ਼ ਆ ਕਿ ਉਹ ਪਹਿਲੀ ਗੱਲ ਉਹ ਸੀ ਜਦੋਂ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਦੀ ਸਵੇਰ ਨੂੰ ਹੁੰਦਾ। ਹਾਂ, ਜਿਹੜੀ ਇਹ ਜਿਹੜਾ ਮੈਂ ਫਿਰ ਕੈਮਰਾਮੈਨ ਆਪਣਿਆਂ ਨੂੰ ਕਹਿੰਦਾ ਕਿ ਜਿਹੜਾ ਆਹ ਦ੍ਰਿਸ਼ ਆ, ਇਸ ਬਾਰੇ ਅਸੀਂ ਐਕਸਪਲੇਨ ਕਰਨਾ ਚਾਹੁੰਦੇ ਹਾਂ ਕਿ ਜਦੋਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖਤਮ ਕੀਤਾ ਗਿਆ, ਤਾਂ ਜਿਹੜਾ ਦੌਰ ਜਿਸ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਹੁਣਾਂ ਨੇ ਕਲਮਬੱਧ ਕੀਤਾ, ਉਹ ਦ੍ਰਿਸ਼ ਆ ਕਿ ਸਿੱਖਾਂ ਦੀਆਂ ਲਾਸ਼ਾਂ ਨੂੰ ਜਿਵੇਂ ਕਹਿ ਲਓ ਕਿ ਇਕੱਠੀਆਂ ਲਾਸ਼ਾਂ ਕਈ ਨੇ, ਇਹਨਾਂ ਨੂੰ ਮੁਕਾਬਲੇ ਦਾ ਰੂਪ ਦਿੱਤਾ ਗਿਆ, ਸਿੱਖਾਂ ਤੋਂ ਘਰਾਂ ਤੋਂ ਸਿੱਖਾਂ ਦੇ ਨੌਜਵਾਨ ਬੱਚਿਆਂ ਚੁੱਕ ਕੇ ਖਤਮ ਕੀਤਾ ਗਿਆ। ਸੋ ਇਹ ਜਿਹੜਾ ਦ੍ਰਿਸ਼ ਆ ਨਵੰਬਰ 1984 ਦਾ ਕਿ ਰਾਹਗੀਰ ਇੱਕ ਸਿੱਖ ਦੀ ਲਾਸ਼ ਦੇ ਕੋਲੋਂ ਦੀ ਲੰਘ ਰਿਹਾ, ਇਸੇ ਤਰੀਕੇ ਨਾਲ ਇਹ ਜਿਹੜੇ ਸਿੱਖ ਦੋ ਨੌਜਵਾਨ ਨੇ ਦਿੱਲੀ ਦੇ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਇੰਜ ਲਾਸ਼ ਦੇ ਰੂਪ ਦੇ ਵਿੱਚ ਸੁੱਟੇ ਹੋਏ ਆ, ਜਿਨ੍ਹਾਂ ਨੂੰ ਹਿੰਦੂ ਜਨੂੰਨੀ ਭੀੜ ਨੇ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰੀਕੇ ਨਾਲ ਜਿਹੜੀਆਂ ਇਹ ਤਸਵੀਰਾਂ ਨੇ, ਜਿਵੇਂ ਆਹ ਖਾਸ ਤੌਰ 'ਤੇ ਤਸਵੀਰ ਇਹ ਹੈਗੀ ਆ ਖਾਨਪੁਰ ਪਰਿਵਾਰ ਦੇ ਜੋ ਜੀ ਜਿਹੜੇ ਸ਼ਹੀਦ ਕੀਤੇ ਗਏ ਉਹਨਾਂ ਦੀ ਤਸਵੀਰਾਂ ਨੇ, ਵਿਚਾਲੇ ਕੁਝ ਹੋਰ ਤਸਵੀਰਾਂ ਵੀ ਨੇ। ਇਹ ਜਿਹੜੇ ਭਾਰਤੀ ਸੁਰੱਖਿਆ ਫੋਰਸਾਂ ਵੱਲੋਂ ਖਤਮ ਕੀਤੇ ਗਏ, ਨਾਲ ਦੀ ਨਾਲ ਜਿਹੜੇ ਉਹਨਾਂ ਦੇ ਅਲਾਇੰਸ ਗਰੁੱਪ ਸੀ, ਜਿਵੇਂ ਇੱਕ ਕਹਿ ਲਓ ਕਿ ਟਾਊਟ ਕਿਸਮ ਦੇ ਲੋਕ ਸਨ, ਜਿਵੇਂ ਨਕਲੀ ਨਿਹੰਗ ਅਜੀਤ ਸਿੰਘ ਪੂਲਾ ਸੀ, ਕੁਛ ਉਹ ਲੋਕ ਸਨ, ਇਸੇ ਤਰ੍ਹਾਂ ਜਿਨ੍ਹਾਂ ਨੂੰ ਸੁਮੇਧ ਸੈਣੀ ਵਰਗੇ ਬੰਦੇ ਪਾਲਦੇ ਰਹੇ, ਉਮਰਾਂ ਨੰਗਲ ਵਰਗੇ ਪਾਲਦੇ ਰਹੇ, ਪਿੱਛੇ ਜਿਹੜਾ ਫੋਰਸਸ ਦਾ ਹੈੱਡ ਸੀ ਉਹ KPS ਗਿੱਲ ਸੀ। ਸੋ ਇਹ ਸਾਰੀਆਂ ਡੂੰਘੀਆਂ ਗੱਲਾਂ ਨੇ ਜਿਹੜੇ ਪੰਥ ਦਾ ਦਰਦ ਰੱਖਦੇ, ਉਹ ਸਾਰੇ ਇਸ ਗੱਲ ਨੂੰ ਭਲੀ ਭਾਂਤ ਜਾਣੂ ਨੇ। ਸੋ ਤੁਸੀਂ ਇਸ ਹੁਣ ਦੀ ਗੱਲ ਨੂੰ ਵੀ ਆਪਾਂ ਇੱਥੋਂ ਸ਼ੁਰੂ ਕਰ ਰਹੇ ਹਾਂ, ਤੁਸੀਂ ਕਿਵੇਂ ਜ਼ਰੂਰੀ ਸਮਝਦੇ ਹੋ ਕਿ ਜਿਹੜਾ ਅੱਜ ਦਾ ਜੋ ਬੀਤ ਰਿਹਾ ਹੁੰਦਾ ਯੁੱਗ, ਉਸ ਨੂੰ ਉਸੇ ਵੇਲੇ ਰੂਪਮਾਨ ਕਰਨਾ ਉਹ ਕਿੰਨੀ ਕੁ ਸਾਰਥਕਤਾ ਰੱਖਦਾ? ਪਹਿਲਾਂ ਮੈਂ ਥੋੜ੍ਹਾ ਜਿਹਾ ਸ਼ੁਰੂਆਤੀ ਦੱਸਦਾ ਕਿ ਅਸੀਂ ਇਹ ਜਿਹੜੀ ਐਗਜੀਬਿਸ਼ਨ ਹੈ 4 ਹਿੱਸਿਆਂ 'ਚ ਲਾਈ ਆ, ਸਿੱਖ ਵਰਸਿਸ ਮੁਗਲ,
ਸਿੱਖ ਵਰਸਿਸ ਅਫਗਾਨ, ਸਿੱਖ ਵਰਸਿਸ ਬ੍ਰਿਟਿਸ਼ ਅਤੇ ਸਿੱਖ ਵਰਸਿਸ ਇੰਡੀਅਨ। ਚਾਰ ਮੁੱਖ ਸ਼ਕਤੀਆਂ ਨੇ ਸਿੱਖਾਂ ਦੇ ਉੱਤੇ ਕਬਜ਼ਾ ਕਰਨ ਦੀ ਅਤੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਸੋ ਜਿਹੜੇ ਮੁਗਲ ਅਤੇ ਅਫਗਾਨ ਸੀ ਉਹਨਾਂ ਫਿਜ਼ੀਕਲੀ ਤੌਰ 'ਤੇ ਸਾਨੂੰ ਅਲੀਮੀਨੇਟ ਕੀਤਾ ਕਿ ਸਾਨੂੰ ਸਿੱਧਾ ਮਾਰਦੇ ਸੀ, ਅਤੇ ਸਾਨੂੰ ਕਦੇ ਵੀ ਸਿੱਖ ਪੀੜ੍ਹੀ ਨੂੰ ਇਹ ਭੁਲੇਖਾ ਨਹੀਂ ਪਿਆ ਕਿ ਸਾਡਾ ਦੁਸ਼ਮਣ ਕੌਣ ਹੈ, ਸਾਨੂੰ ਮਾਰ ਕੌਣ ਰਿਹਾ। ਸੋ ਜਦੋਂ ਫਰੈਂਚ ਰੈਵੋਲਿਊਸ਼ਨ ਆਉਂਦੀ ਹੈ ਯੂਰਪ ਵਿੱਚ, ਉਦੋਂ ਸੱਭਿਅਤਾ ਜਿਹੜੀ ਦੁਨੀਆ ਵਿੱਚ ਸੱਭਿਆਚਾਰ ਬਣਦਾ ਵਾ, ਉਹ ਕੀ ਹੋਇਆ ਕਿ ਉਹਨਾਂ ਨੇ ਸਾਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਗੋਰਿਆਂ ਨੇ। ਸੋ ਸਾਨੂੰ ਜਿਹੜੀ ਲੋੜ ਪੈ ਗਈ ਨਾ ਅੱਜ ਕਹਿਣ ਦੀ, ਇਹ ਸਭ ਪਹਿਲੀਆਂ ਲੋੜਾਂ ਨਹੀਂ ਸੀ, ਹੁਣ ਸਾਨੂੰ ਦੱਸਣ ਦੀ ਲੋੜ ਪੈ ਰਹੀ ਆ, ਕਿਉਂਕਿ ਸਾਡਾ ਹੁਣ ਜਿਹੜਾ ਸਾਡੇ ਉੱਤੇ ਅਟੈਕ ਆ ਉਹ ਸਾਡੇ ਉੱਤੇ ਦਿਮਾਗੀ ਆ। ਮੁਗਲਾਂ ਅਤੇ ਅਫਗਾਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਉਸ ਤੋਂ ਬਾਅਦ ਬ੍ਰਿਟਿਸ਼ ਨੇ ਕਦੀ ਹਮਲਾ ਨਹੀਂ ਕੀਤਾ, ਉੱਥੋਂ ਸਿਲਸਿਲਾ ਸ਼ੁਰੂ ਹੁੰਦਾ ਜੀ ਦਿਮਾਗਾਂ ਨੂੰ ਗੁਲਾਮ ਕਰਨ ਦਾ, ਅਤੇ ਹਿੰਦੂਆਂ ਨੇ ਸਾਡੇ ਉੱਤੇ ਫਿਜ਼ੀਕਲੀ ਅਤੇ ਦੂਜਾ ਮੈਂਟਲੀ ਦੋਵੇਂ ਤਰੀਕੇ ਦਾ ਕੀਤਾ। ਸੋ ਫਿਜ਼ੀਕਲੀ ਘੱਟ ਕੀਤੇ ਜਾਂਦੇ ਆ, ਪਰ ਰੋਜ਼ ਦਾ ਜਿਹੜਾ ਤਸ਼ੱਦਦ ਆ ਉਹ ਲਗਾਤਾਰ ਜਾਰੀ ਆ, ਉਹ ਵੇਖਣ ਵਾਲੀ ਅੱਖ ਸਾਡੀ ਰਹੀ ਤਾਂ ਨਹੀਂ, ਕਿਉਂਕਿ ਸਾਡੇ ਦਿਮਾਗ ਜਿਹੜੇ ਆ ਉਹਨਾਂ ਦੇ ਮੁਤਾਬਕ ਸੋਚਣੇ ਸ਼ੁਰੂ ਕਰ ਦਿੰਦੇ ਆ। ਸੋ ਜਿਹੜੇ ਸਾਡੇ ਚੰਗੀ ਕਰੀਮ ਹੁੰਦੀ ਆ ਸਾਡੀ ਜਿਹੜੀ ਕੌਮ ਵਿੱਚੋਂ, ਉਹ ਪੜ੍ਹ ਲਿਖ ਕੇ ਉਹਨਾਂ ਦੇ ਅਫਸਰ ਬਣ ਜਾਂਦੇ ਆ, ਕੋਈ ਫੌਜਾਂ ਵਿੱਚ ਚੱਲ ਜਾਂਦੇ ਆ ਜਾਂ ਹੋਰ ਕਿਸੇ ਸੋਰਸਿਸ ਸੰਦ ਬਣ ਜਾਂਦੇ, ਜਿੱਦਾਂ ਉਹਨਾਂ ਨੂੰ ਮਸ਼ੀਨ ਨੂੰ ਇੱਕ ਪੁਰਜਾ ਚਾਹੀਦਾ, ਜੇ ਉਹ ਪੁਰਜਾ ਸਹੀ ਕੰਮ ਕਰਦਾ ਵਾ ਅਤੇ ਮਸ਼ੀਨ ਨੂੰ ਉਹ ਫਿੱਟ ਬਹਿੰਦਾ ਤਾਂ ਠੀਕ ਆ, ਨਹੀਂ ਤਾਂ ਪੁਰਜਾ ਬਦਲ ਦੇਣਗੇ। ਸੋ ਸਾਨੂੰ ਇਹ ਸਭ ਸਮਝਣਾ ਚਾਹੀਦਾ। ਸੋ ਇਸ ਤਰੀਕੇ ਨਾਲ ਜੇ ਆਪਾਂ ਉੱਧਰੋਂ ਤੁਰੀਏ ਨਾ, ਸੋ ਮੁਗਲਾਂ ਅਤੇ ਅਫਗਾਨਾਂ ਵੇਲੇ ਠੀਕ ਸੀ, ਫਿਰ ਜਦੋਂ ਦਲੀਪ ਸਿੰਘ ਹੋਣਾ ਨੇ ਕੇਸ ਕਤਲ ਕਰ ਲਏ, ਉੱਥੋਂ ਜਿਹੜਾ ਸਿਲਸਿਲਾ ਘੁੰਮ ਕੇ ਇੱਧਰ ਨੂੰ ਆਉਂਦਾ, ਤੋ ਹੁਣ ਜਿਹੜੀ ਵੱਡੀ ਪ੍ਰੋਬਲਮ ਹੈ ਸਾਨੂੰ ਜਿਹੜਾ ਮਾਰਿਆ ਜਾ ਰਿਹਾ ਸਾਨੂੰ ਦੱਸਣਾ ਪੈ ਰਿਹਾ। ਸਾਨੂੰ ਇਹ ਵੀ ਜ਼ਿਕਰ ਕਰਨਾ ਪਊਗਾ ਕਿ ਦਲੀਪ ਸਿੰਘ ਜਦੋਂ ਦੁਬਾਰਾ ਸਿੱਖ ਸੱਜਦੇ, ਹਾਂਜੀ ਹਾਂਜੀ, ਉਹ ਸਿੱਖ ਸੱਜਦੇ ਆ ਅਤੇ ਫਿਰ ਜਿਹੜਾ 17,000 ਕਿੱਲਾ ਸੀ ਨਾ ਉਹਨਾਂ ਕੋਲ ਬਾਹਰਲੀ ਕੰਟਰੀਆਂ 'ਚ, ਉਹਨਾਂ ਕੋਲ ਖੁੱਸ ਜਾਂਦਾ। ਸੋ ਅੱਜ ਜਿਹੜੇ ਤਖਤਾਂ ਦੇ ਮਾਲਕ ਜਾਂ ਰਾਜਾਂ ਦੇ ਮਾਲਕ ਆ ਉਹਨਾਂ ਨੂੰ ਇਹ ਸਾਨੂੰ ਇਹ ਸਮਝਣਾ ਚਾਹੀਦਾ ਕਿ ਉਹ ਐਸਟੈਬਲਿਸ਼ਮੈਂਟ ਦੇ ਨਾਲ ਚੱਲਦੇ ਆ। ਸੋ ਦਲੀਪ ਸਿੰਘ ਇੱਕ ਬੜੀ ਵੱਡੀ ਮਿਸਾਲ ਆ, ਜਦੋਂ ਤੱਕ ਉਹ ਵਿਕਟੋਰੀਆ ਦੇ ਨਾਲ ਸਹਿਮਤ ਸੀ ਅਤੇ ਉਹਦੇ ਕੋਲ 17,000 ਕਿੱਲਾ ਅਤੇ ਹੋਰ ਸ਼ੈਨੋ ਸ਼ੌਕਤ ਸਾਰਾ ਕੁਛ, ਜਦੋਂ ਉਹ ਛੱਡ ਦਿੰਦਾ ਅਤੇ ਉਹ ਕਿਵੇਂ ਰੁਲਦਾ ਅਤੇ ਸੰਘਰਸ਼ ਕਰਦਾ, ਉਹ ਸਾਡੇ ਸਾਹਮਣੇ ਇੱਕ ਮਿਸਾਲ ਆ। ਸੋ ਸਾਡੇ ਸਾਹਮਣੇ ਸਵਾਲ ਵੀ ਨਾਲ ਦੀ ਨਾਲ ਆ ਕਿ ਅਸੀਂ ਉਹਦੀ ਪਹਿਲੀ ਜ਼ਿੰਦਗੀ ਜੀਣੀ ਆ ਕਿ ਬਾਅਦ ਵਾਲੀ ਜੀਣੀ ਆ, ਸੋ ਸਾਨੂੰ ਫਾਇਦਾ ਨੁਕਸਾਨ ਕਿਹਦੇ ਵਿੱਚ ਜਾਪਦਾ, ਸੋ ਸਾਡਾ ਇਹ ਸਾਡੇ 'ਤੇ ਸਵਾਲ ਆ ਜੀ। ਆਪਾਂ ਹੁਣ ਅੱਗੇ ਤਸਵੀਰਾਂ ਵਾਲੇ ਪਾਸੇ ਵੀ ਵਧਣਾ, ਇਸ ਪਾਸੇ ਦੀਆਂ ਜਿਹੜੀਆਂ ਤਸਵੀਰਾਂ ਸਾਡੇ ਕੈਮਰਾਮੈਨ ਤੁਹਾਨੂੰ ਵਿਖਾ ਰਹੇ ਨਾਲ ਦੀ ਨਾਲ, ਕਿ ਇਹ ਤਸਵੀਰ ਅਕਸਰ ਪ੍ਰਚਾਰੀ ਤਾਂ ਜਾਂਦੀ ਹੈ ਦਿੱਲੀ ਬਾਰੇ, ਪਰ ਇਹ ਤਸਵੀਰ ਅੰਮ੍ਰਿਤਸਰ ਦੀ ਆ ਜਦੋਂ ਇੱਕ ਸਿੱਖ ਨੂੰ ਇੱਕ ਭੀੜਾਂ ਵੱਲੋਂ, ਹਿੰਦੂ ਜਨੂੰਨੀ ਭੀੜਾਂ ਵੱਲੋਂ ਖਤਮ ਕੀਤਾ ਗਿਆ ਸੀ ਉਹ ਤਸਵੀਰ। ਥੱਲੜੀ ਤਸਵੀਰ ਜਿਹੜੀ ਆ ਇਹ ਅੰਮ੍ਰਿਤਸਰ ਦਿੱਲੀ ਦੀ ਆ, ਜਦੋਂ ਸਿੱਖਾਂ ਨੂੰ ਬੱਸਾਂ 'ਚੋਂ ਲਾ ਲਾ ਕੇ ਅਤੇ ਟਰੱਕਾਂ ਤੋਂ ਲਾ ਲਾ ਕੇ ਖਤਮ ਕੀਤਾ ਗਿਆ ਦਿੱਲੀ ਦੀਆਂ ਸੜਕਾਂ 'ਤੇ। ਇਸ ਤੋਂ ਅੱਗੇ ਜਿਹੜਿਆ ਆ ਵੇਖੋ ਕਿ ਜਿਵੇਂ ਕੋਈ ਫੌਜ ਕਿਸੇ ਰਣ ਨੂੰ ਫਤਿਹ ਕਰਦੀ ਆ, ਅਤੇ ਭਾਰਤੀ ਫੌਜੀਆਂ ਨੇ ਦਰਬਾਰ ਸਾਹਿਬ ਦੇ ਅੱਗੇ ਖੜ੍ਹ ਕੇ ਤਸਵੀਰਾਂ ਇੰਝ ਖਿਚਾਈਆਂ ਕਿ ਉਹਨਾਂ ਨੇ ਇਸ ਜੰਗ ਨੂੰ ਜਿੱਤ ਲਿਆ। ਸੋ ਇਹ ਦੋਵੇਂ ਤਸਵੀਰਾਂ 1984 ਦੀਆਂ ਨੇ, ਜਿਹੜਾ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਬਿਲਕੁਲ ਵਸੀਆਂ ਹੋਈਆਂ। ਤੁਸੀਂ ਵੇਖ ਰਹੇ ਹੋ ਕਿ ਭਾਈ ਗੁਰਦੇਵ ਸਿੰਘ ਦੇਬੂ ਹੁਣਾਂ ਦਾ ਇਹ ਸਰੀਰ ਆ ਕਿਵੇਂ ਕੋਹਿਆ ਪਿਆ, ਉਹਨਾਂ ਨੂੰ ਕਿਵੇਂ ਉਬਾਲ ਦਿੱਤਾ ਗਿਆ ਗਰਮ ਪਾਣੀ ਦੇ ਵਿੱਚ। ਥੱਲੜੀ ਤਸਵੀਰ ਜਿਹੜੀ ਆ ਉਹ ਭਾਈ ਅਵਤਾਰ ਸਿੰਘ ਛਤਰਾਣਾ ਹੁਣਾਂ ਦੀ ਆ, ਇਸ ਥਾਂ ਦੇ ਉੱਤੇ ਤੁਸੀਂ ਵੇਖੋ ਗਰਮ ਪ੍ਰੈਸ ਜਿਹੜੀ ਆ ਉਹ ਲਾਈ ਗਈ। ਇੱਧਰਲੀ ਤਸਵੀਰ ਭਾਈ ਰਿਸ਼ਪਾਲ ਸਿੰਘ ਛੰਦੜਾ ਦੀ ਹੈ, ਜਿਨ੍ਹਾਂ ਦੀਆਂ ਲੱਤਾਂ ਜਿਹੜੀਆਂ ਚੂਰ ਕਰ ਦਿੱਤੀਆਂ ਗਈਆਂ ਸਨ। ਥੱਲੜੀਆਂ ਤਸਵੀਰਾਂ ਜਿਹੜੇ ਕੌਮੀ ਜਰਨੈਲ ਸਾਡੇ ਹੋਏ ਆ, ਜਹਿਦਰ ਭਾਈ ਅਵਤਾਰ ਸਿੰਘ ਬ੍ਰਹਮਾ, ਬਾਬਾ ਗੁਰਭਜਨ ਸਿੰਘ ਮਾਣੋਚਾਲ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ, ਇਹ ਯੋਧਿਆਂ ਦੀਆਂ ਨੇ। ਹਾਂ, ਇਹ ਗੱਲ ਇਹ ਵੀ ਨਾਲ ਦੀ ਨਾਲ ਦੱਸੀ ਜਾ ਰਹੀ ਆ ਕਿ ਜਦੋਂ ਸੰਸਾਰ ਪੱਧਰ ਦੇ ਉੱਤੇ ਦਰਬਾਰ ਸਾਹਿਬ ਦੇ ਸਾਕੇ ਤੋਂ ਬਾਅਦ ਜਿਹੜਾ ਰੋਸ ਵਧਿਆ, ਭਾਰਤੀ ਡਿਪਲੋਮੈਟਿਕ ਨੂੰ ਸਿੱਖਾਂ ਨੇ ਘੇਰ ਲਿਆ ਅਤੇ ਜੋ ਕੌਮੀ ਸੰਘਰਸ਼ ਜਿਹੜਾ ਉਹ ਤੁਰਿਆ, ਉਸ ਵੇਲੇ ਦੀਆਂ ਇਹ ਚਿੱਤਰ ਨੇ। ਆ ਇੱਕ ਤਸਵੀਰ ਬਾਰੇ, ਇਹ ਮੈਨੂੰ ਇਸ ਬਾਰੇ ਬਹੁਤਾ ਨਿੰਗੀ ਜਾਣਕਾਰੀ, ਇਸ ਬਾਰੇ ਪਰਮਜੀਤ ਸਿੰਘ ਦੱਸਣਗੇ ਜੀ। ਵੇਖੋ ਜੀ, ਇਹ ਤਸਵੀਰ ਨਾ ਬਹੁਤ ਜ਼ਿਆਦਾ ਜਿਹੜੀ ਮਹੱਤਵ ਰੱਖਦੀ ਆ,
ਸਾਡੇ ਉੱਤੇ ਅਟੈਕ ਇਕੱਲਾ ਭਾਰਤੀ ਏਜੰਸੀਆਂ ਦਾ ਜਾਂ ਭਾਰਤ ਦਾ ਨਹੀਂ ਸੀ, ਆਪਾਂ KBG ਦਾ ਨਾਂ ਲੈਂਦੇ ਹਾਂ ਕਿ ਰਸ਼ੀਆ ਦਾ ਵੀ, ਅਤੇ ਆਹ ਸਿੱਧਾ ਸਿੱਧਾ ਸਬੂਤ ਆ ਕਿ ਇੰਗਲੈਂਡ ਵਿੱਚ ਸ਼ਾਮਿਲ ਸੀ ਇਹ ਇੰਦਰਾ ਗਾਂਧੀ ਅਤੇ ਜਿਹੜੀ ਉਹਨਾਂ ਦੀ ਥਰਾਸ਼ਰ ਪ੍ਰਧਾਨ ਮੰਤਰੀ ਸੀ ਉਹਦੀ ਗੱਲਬਾਤ ਦਾ ਵਾ, ਇਹ ਓਰਿਜਨਲ ਜਿਹੜਾ ਡਾਕੂਮੈਂਟ ਆ ਉਹ ਅਸੀਂ ਪ੍ਰਿੰਟ ਕੀਤਾ ਚਿੱਠੀਆਂ। ਇਹ ਦੱਸ ਦਈਏ ਕਿ ਇਹ ਡਾਕੂਮੈਂਟ ਕੋਈ ਬਹੁਤਾ ਸਮਾਂ ਪਹਿਲਾਂ ਨਹੀਂ ਗੇ ਜਨਤਕ ਹੋਏ, ਮਸਾਂ ਕੁਝ ਸਾਲ ਹੀ ਹੋਏ ਆ, 2-4 ਸਾਲਾਂ ਤੋਂ ਹੀ ਇਹ ਚੀਜ਼ਾਂ ਸਾਹਮਣੇ ਆਈਆਂ। ਮੈਨੂੰ ਜਾਣਕਾਰੀ ਤੀ ਸੀ ਪਰ ਮੈਂ ਚਾਹੁੰਦਾ ਸਾਂ ਕਿ ਹੋਰ ਵਿਸਥਾਰ ਦੇ ਵਿੱਚ ਜਿਹੜੇ ਇਹ ਆਪ ਕੰਮ ਕਰ ਰਹੇ ਆ ਉਹ ਆਪਣੇ ਜ਼ਬਾਨੀ ਦੱਸਣ ਜੀ। ਆਪਾਂ ਹੁਣ ਅੱਗੇ ਵੱਧਦੇ ਹਾਂ ਕਿ ਇਸ ਤੋਂ ਅਗਲੀ ਜਿਹੜੀ ਤਸਵੀਰਾਂ ਦੀ ਪ੍ਰਦਰਸ਼ਨੀ ਆ ਆਪਾਂ ਅਗਲੇ ਸਟਾਲ 'ਤੇ ਜਾਂਦੇ ਹਾਂ। ਕੌਮਾਂ ਲਈ ਇਹ ਸਭ ਕੁਛ ਸਾਂਭ ਕੇ ਰੱਖਣਾ ਅਤੇ ਦ੍ਰਿਸ਼ਮਾਨ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ, ਖਾਸ ਕਰਕੇ ਉਦੋਂ ਜਦੋਂ ਤੁਸੀਂ ਗੁਲਾਮ ਹੋਵੋ। ਇਹ ਕਿਉਂਕਿ ਇਹ ਜਿਹੜੀਆਂ ਰਾਜਸੀ ਗੱਲਾਂ ਨੇ ਇਹ ਬਿਲਕੁਲ ਜੇ ਅਸੀਂ ਸਿੱਖਿਅਤ ਹੋਵਾਂਗੇ ਤਾਂ ਸਾਡੀ ਸਮਝ ਵਿੱਚ ਆਉਣਗੀਆਂ। ਸੋ ਇਹ ਜਿਹੜੇ ਦ੍ਰਿਸ਼ ਨੇ, ਤੁਸੀਂ ਇੱਕ ਲਫਜ਼ ਵਰਤਿਆ ਕਿ ਰਾਜਸੀ, ਅਸਲ ਵਿੱਚ ਨਾ ਸਾਨੂੰ ਸਾਡੇ ਲਈ ਨਾ ਰਾਜਸੀ ਸ਼ਾਇਦ ਕਿਉਂਕਿ ਲਫਜ਼ ਸਾਨੂੰ ਵਰਤਣੇ ਪੈ ਜਾਂਦੇ ਆ, ਸੋ ਅਸੀਂ ਕਲੀਅਰ ਕਰ ਹੋਣਾ ਚਾਹੀਦਾ ਆਪਾਂ ਨੂੰ ਕਿ ਸਿੱਖ ਲਈ ਸਿਰ ਵੱਢਣਾ ਵੀ ਸਿੱਖੀ ਆ ਅਤੇ ਸਿੱਖ ਲਈ ਪਾਣੀ ਪਿਆਉਣਾ ਵੀ ਸਿੱਖੀ ਆ ਅਤੇ ਸਿਰ ਦੇਣਾ ਵੀ ਸਿੱਖੀ ਆ। ਸੋ ਅਸੀਂ ਉਹਨੂੰ ਜਦੋਂ ਅਲੱਗ ਅਲੱਗ ਕਰਦੇ ਹਾਂ ਨਾ ਉਦੋਂ ਪ੍ਰੋਬਲਮ ਪੈਦਾ ਹੋ ਜਾਂਦੀ ਆ। ਸਾਡੇ ਲਈ ਪੰਥੀ ਸਾਰਾ ਕੁਛ ਆ, ਅਸੀਂ ਲੜ ਰਹੇ ਹਾਂ ਤਾਂ ਵੀ ਸਿਮਰਨ ਕਰ ਰਹੇ ਹਾਂ ਅਤੇ ਅਸੀਂ ਚੁੱਪ ਬੈਠੇ ਹਾਂ ਤਾਂ ਵੀ ਸਿਮਰਨ ਕਰ ਰਹੇ ਹਾਂ। ਸੋ ਇਹ ਸਾਡੇ ਸਿਮਰਨ ਦਾ ਹਿੱਸਾ ਵਾ, ਇਹ ਦੋ ਅਲੱਗ ਅਲੱਗ ਚੀਜ਼ਾਂ ਜਿਵੇਂ ਮੀਰੀ ਪੀਰੀ ਜੁੜੇ ਨਹੀਂ ਹੋਏ, ਉਹ ਇੱਕ ਹੀ ਚੀਜ਼ ਵਿੱਚੋਂ ਉਪਜ ਰਹੀਆਂ, ਉਹ ਇੱਦਾਂ ਗੁੰਨਿਆ ਹੋਇਆ ਕਿ ਉਹਨੂੰ ਅੱਡ ਨਹੀਂ ਵੇਖ ਸਕਦੇ, ਸੰਤ ਦੇ ਸਪਾਈ ਨੂੰ ਹੀ ਅੱਡ ਨਹੀਂ ਵੇਖ ਸਕਦੇ। ਸੋ ਜਦੋਂ ਅਸੀਂ ਆਹ ਚੀਜ਼ਾਂ ਕਰ ਰਹੇ ਹਾਂ ਨਾ, ਸਾਨੂੰ ਨਹੀਂ ਇਹ ਪਤਾ ਕਿ ਇਹ ਧਾਰਮਿਕ ਆ ਕਿ ਰਾਜਸੀ ਆ, ਇਹਨੂੰ ਆਪਾਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਸੋ ਸਾਡੇ ਲਈ ਧਰਮ ਹੀ ਸਾਰਾ ਕੁਛ ਆ, ਧਰਮ ਜਿਹੜੀ ਸਿੱਖੀ ਆ ਸਿੱਖੀ ਦੇ ਵਿੱਚ ਹੀ ਸਾਰਾ ਕੁਛ ਆ, ਉਹਨੂੰ ਆਪਾਂ ਡਿਫਰੈਂਸ਼ੀਏਟ ਕਰਕੇ ਵੇਖ ਹੀ ਨਹੀਂ ਸਕਦੇ। ਪਰ ਪਰਮਜੀਤ ਸਿੰਘ ਗੱਲ ਇੱਕ ਇਹ ਵੀ ਆ ਕਿ ਜਦੋਂ ਰਾਜਸੀ ਸੱਤਾ ਤੋਂ ਅਸੀਂ ਹੀਣ ਹੁੰਦੇ ਹਾਂ, ਜੋ ਕੁਛ ਜਿਹੜੀਆਂ ਤਸਵੀਰਾਂ ਡਿਪਿਕਟ ਕਰ ਰਹੀਆਂ ਨੇ ਨਵੰਬਰ ਜਾਂ ਦਰਬਾਰ ਸਾਹਿਬ 'ਤੇ June 84 ਦਾ ਹਮਲਾ, ਰਾਜਸੀ ਤਾਕਤਾਂ ਵੱਲੋਂ ਜੋ ਸਾਡੇ ਸਿਰ ਭਾਜੀ ਝਾੜੀ ਗਈ ਆ ਜਾਂ ਜਿਹੜਾ ਰੂਪ ਆ, ਗੱਲ ਤਾਂ ਇਹ ਨਾ ਰਾਜਸੀ ਬਲ ਦੇ ਨਾਲ ਹੀ ਹੁੰਦਾ ਸਭ ਕੁਝ। ਬਿਲਕੁਲ ਬਿਲਕੁਲ, ਪਰ ਸਾਡੇ ਲਈ ਜਿਹੜਾ ਸਾਡੇ ਲਈ ਜਿਹੜਾ ਤਖਤਾਂ 'ਤੇ ਬਹਿਣਾ ਵੀ ਧਰਮ ਹੀ ਆ, ਮੈਂ ਇਹ ਕਹਿ ਰਿਹਾ, ਸਾਡੇ ਲਈ ਗੱਦੀਆਂ 'ਤੇ ਬਹਿਣਾ ਵੀ ਧਰਮ ਆ, ਸਾਡੇ ਲਈ ਲੜਨਾ ਵੀ ਧਰਮ ਆ। ਸੋ ਅਸੀਂ ਜਦੋਂ ਕਈ ਵਾਰ ਪੁੱਛਦੇ ਆ ਵੀ ਇਹ ਪੋਲੀਟੀਕਲੀ ਗੱਲਾਂ ਵਾ ਕਿ ਧਾਰਮਿਕ ਗੱਲਾਂ ਵਾ, ਸਾਨੂੰ ਇਹ ਦੱਸਿਆ ਨਹੀਂ ਜਾਂਦਾ, ਸਾਡੇ ਲਈ ਸਾਰਾ ਕੁਛ ਇਹ ਧਰਮ ਦੇ ਯੋਧੇ ਧਰਮ ਵਾਸਤੇ ਹੀ ਕਰ ਰਹੇ ਆ। ਸੋ ਧਰਮ ਦੇ ਖਾਤਰ ਹੀ ਕਰ ਰਹੇ ਆ, ਜਿਵੇਂ ਦਰਬਾਰ ਸਾਹਿਬ ਭਗਤੀ ਦਾ ਵੀ ਸੋਮਾ, ਸ਼ਕਤੀ ਦਾ ਵੀ ਸੋਮਾ, ਬਿਲਕੁਲ ਬਿਲਕੁਲ ਬਿਲਕੁਲ, ਮਾਰਸ਼ਲ ਜਿਹੜੀ ਗੁਣ ਆ ਉਹਦਾ ਵੀ ਸੋਮਾ, ਹਰ ਰੂਹਾਨੀ ਦਾ ਵੀ ਬਿਲਕੁਲ ਬਿਲਕੁਲ, ਕਿਉਂਕਿ ਜਿਹੜੀ ਸਾਡੀ ਨਾ ਜਿਹੜਾ ਆਪਾਂ ਕ੍ਰੀਏਸ਼ਨ ਅਤੇ ਕ੍ਰੀਏਟਰ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਖਾਲਕ ਅਤੇ ਖਲਕ ਨੂੰ, ਇਹ 'ਚੋਂ ਪ੍ਰੋਬਲਮ ਹੋਏ ਟਰਮਸ ਆ। ਸੋ ਅਸਲ 'ਚ ਜਿਹੜੀ ਸਾਡੀ ਜੰਗ ਆ ਨਾ ਉਹ ਬਾਹਰੀ ਅੰਦਰਲੀ ਵੱਖਰੀ ਵੱਖਰੀ ਨਹੀਂ ਹੈਗੀ। ਸੋ ਅਸੀਂ 24 ਘੰਟੇ ਜਦੋਂ ਲੜਦੇ ਹਾਂ, ਸੋ ਸਿੱਖ ਦਾ ਕੰਮ ਹੀ ਸੰਘਰਸ਼ ਕਰਨਾ ਨਾ, ਖਾਲਸਾ ਸੋਈ ਜੇ ਆਪਾਂ ਪੜ੍ਹਦੇ ਹਾਂ ਜਦੋਂ। ਅੱਗੇ ਤਸਵੀਰਾਂ ਜਿਹੜੀਆਂ 4 ਜੁਲਾਈ ਤਕਰੀਬਨ 1955 ਨੂੰ ਜਿਹੜਾ ਭਾਰਤ ਦੇ ਵਿੱਚ ਆਜ਼ਾਦ ਭਾਰਤ ਵਿੱਚ ਪਹਿਲੀ ਜਿਹੜੀ ਸਿੱਖਾਂ ਸਿਰ ਭਾਜੀ ਚੜੀ, ਜਦੋਂ ਪਹਿਲੀ ਵਾਰੀ ਭਾਰਤੀ ਫੋਰਸਾਂ ਦਰਬਾਰ ਸਾਹਿਬ ਦੇ ਅੰਦਰ ਸ਼ਾਮਲ ਹੋਈਆਂ, ਤੁਸੀਂ ਉਹ ਤਸਵੀਰ ਵੇਖ ਰਹੇ ਹੋ। ਇਸ ਤੋਂ ਅੱਗੇ ਜਿਹੜੇ ਅਖਬਾਰਾਂ ਦੀਆਂ ਕਾਤਰਾਂ ਬਾਰੇ ਪਰਮਜੀਤ ਸਿੰਘ ਦੱਸਣਗੇ। ਇਹ ਵੇਖੋ ਜਿਹੜਾ ਕਿਹਾ ਜਾਂਦਾ ਨਾ ਕਿ 84 ਵਿੱਚ ਸ਼ਾਇਦ ਸਿੱਖਾਂ ਨੂੰ ਸਮਝ ਆਈ, ਹਾਂ ਠੀਕ ਹੈ, ਵੱਡੇ ਰੂਪ 'ਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸੁੱਤੀ ਕੌਮ ਨੂੰ ਜਗਾਇਆ, ਪਰ ਕੁਛ ਸਾਨੂੰ ਉਦੋਂ ਪਤਾ ਲੱਗਣ ਲੱਗ ਗਿਆ ਹੈ ਕਿ ਜਿਹੜੀ ਉੱਥੇ ਲਿਖਿਆ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਨਾ ਕਿ ਧਰਮ ਅਤੇ ਰਾਜਨੀਤੀ ਨੂੰ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ, ਅਤੇ ਅਸੀਂ ਗੁਰਦੁਆਰੇ ਜਿਹੜੇ ਸਿੱਖਾਂ ਦੇ ਮਹੰਤਾਂ ਦੇ ਹੱਥ 'ਚ ਨਹੀਂ ਦੇਵਾਂਗੇ। ਆਹ ਤੀਜੀ ਖਬਰ ਆ ਕਿ ਜੇ ਸਿੱਖਾਂ ਨੂੰ ਹੀਰੋ ਵਾਂਗੂ ਨਹੀਂ, ਸੋ ਸਿੱਖਾਂ ਦੀ ਨਿੰਦਿਆ ਕੀਤੀ ਜਾ ਰਹੀ ਆ। ਫਿਰ ਚੌਥੀ ਖਬਰ ਆ ਕਿ ਕਲਚਰ ਉੱਤੇ, ਸਾਡੀ ਪੰਜਾਬੀ ਬੋਲੀ ਉੱਤੇ ਬੜੇ ਤਰੀਕਿਆਂ ਨਾਲ ਵਾਰ ਕੀਤਾ ਜਾਂਦਾ। ਸੋ ਇਹ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਸੀ, ਇਹ ਅਖਬਾਰ 1950 ਦੀ 54-52 ਦੀਆਂ ਅਖਬਾਰਾਂ ਜੀ, ਇਹ ਉਦੋਂ ਹੀ ਸ਼ੁਰੂ ਹੋ ਗਿਆ ਸੀ ਸਿਲਸਿਲਾ। ਸੋ ਇਹ ਜਿਹੜਾ ਤੁਸੀਂ ਦ੍ਰਿਸ਼ ਸਾਹਮਣੇ ਵੇਖ ਰਹੇ ਹੋ 1947 ਦੇ ਵਿੱਚ ਲੱਖਾਂ ਲੋਕ ਜਦੋਂ ਕਤਲ ਕਰ ਦਿੱਤੇ ਗਏ
ਲੱਖਾਂ ਬੀਬੀਆਂ ਦੀ ਜਿਹੜੀ ਆ ਪੱਤ ਆ ਉਹ ਲੁੱਟੀ ਗਈ। ਸੋ ਇਹ ਵੰਡ ਵੇਲੇ ਦੀਆਂ ਤਸਵੀਰਾਂ ਨੇ ਜਿਸ ਨੂੰ ਅਕਸਰ ਹੀ ਆਜ਼ਾਦੀ ਕਿਹਾ ਜਾਂਦਾ, ਆਜ਼ਾਦੀ ਨਹੀਂ ਇਹ ਜਿਹੜੀ ਵੰਡ ਹੋਈ ਪੰਜਾਬ ਦੀ ਵੰਡ ਹੋਈ ਉਸ ਦੀਆਂ ਤਸਵੀਰਾਂ ਨੇ। ਇਹ ਪੰਜਾਬ ਜਿਹੜਾ ਮਹਾਂਪੰਜਾਬ ਕਦੇ ਹੋਇਆ ਕਰਦਾ ਸੀ ਪਹਿਲਾਂ, ਇਹ ਸਾਰਾ ਜਿਹੜਾ ਨਕਸ਼ਾ ਵਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ, ਇੱਕ ਵੱਡਾ ਹਿੱਸਾ ਪਾਕਿਸਤਾਨ ਚਲਾ ਗਿਆ, ਇਹ ਬਿਲਕੁਲ ਛੋਟਾ ਜਿਹਨੂੰ ਅਸਾਂ ਲੰਗੜਾ ਪੰਜਾਬ ਵੀ ਕਹਿੰਦੇ ਹਾਂ, ਇਹ ਬਿਲਕੁਲ ਛੋਟਾ ਜਿਹੜਾ 1966 ਦੇ ਵਿੱਚ ਇਹਨਾਂ ਨੇ ਕੀਤਾ, ਫਿਰ ਹਿਮਾਚਲ ਇੱਥੋਂ ਖੋਹ ਲਿਆ ਗਿਆ, ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ, ਇੱਥੋਂ ਤੱਕ ਕਿ ਗੰਗਾਨਗਰ ਦੀਆਂ ਜਿਹੜੀਆਂ 6 ਤਹਿਸੀਲਾਂ ਉੱਥੋਂ ਤੱਕ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਖੋਹੇ ਗਏ। ਸੋ ਤੁਸੀਂ ਇਹ ਵੇਖ ਰਹੇ ਹੋ ਕਿ ਇਹ ਅੱਗੇ ਆ ਜਾਈਏ ਜਦੋਂ ਅੰਗਰੇਜ਼ ਕਾਲ ਵੇਲੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਿਹੜਾ ਸਾਕਾ ਪੰਜਾ ਸਾਹਿਬ 1922 ਦੇ ਵਿੱਚ ਵਾਪਰਿਆ, ਥੱਲੜੀ ਤਸਵੀਰ ਜੈਤੋ ਦੇ ਮੋਰਚੇ ਦੀ ਆ, ਉਤਲੀ ਜਿਹੜੀ ਆ ਪੰਜਾ ਸਾਹਿਬ ਦੀ ਆ, ਜਦੋਂ ਸਿੰਘਾਂ ਦੇ ਜਜ਼ਬੇ ਨੇ ਰੇਲ ਗੱਡੀਆਂ ਰੋਕ ਲਈਆਂ। ਸੋ ਇਸ ਤੋਂ ਅੱਗੇ ਜਿਵੇਂ ਤਸਵੀਰਾਂ ਵੱਧ ਰਹੀਆਂ ਨੇ, ਇਹਨਾਂ ਤਸਵੀਰਾਂ ਬਾਰੇ ਤੁਸੀਂ ਦੱਸੋ। ਹਾਂਜੀ, ਉਹ ਅਸਲੀ ਫੋਟੋ ਹੈ ਜੀ, ਉਹਨਾਂ ਦੀ ਜਿਸਮਾਂ ਦੀ ਰਾਖ, ਉਹਨਾਂ ਦੀ ਹੱਡੀਆਂ ਸਾਕਾ ਨਨਕਾਣਾ ਸਾਹਿਬ ਦੀ। ਬਾਬਾਣ ਕਿਹਾ ਜਾਂਦਾ, ਬਾਬਾਣ ਇਹ ਨਾ ਜੰਡ ਨਾਲ ਸਾਡਾ ਨਾ ਰੁੱਖਾਂ ਨਾਲ ਵੀ ਬੜਾ ਸੰਬੰਧ ਆ, ਕਦੀ ਸਾਨੂੰ ਰੁੱਖਾਂ ਨਾਲ ਬੰਨ ਕੇ ਸਾੜਿਆ ਜਾਂਦਾ, ਕਦੀ ਪੁੱਠਾ ਟਾਂਕੇ ਖੱਲਾ ਲਾਈਆਂ ਜਾਂਦੀਆਂ। ਸੋ ਇਹ ਉਹ ਜੰਡ ਦੇ ਰੁੱਖ, ਅਤੇ ਆਹ ਉਦੋਂ ਦੀ ਫੋਟੋ ਬਹੁਤ ਹੁੰਦੀ ਹੈ ਕਿਉਂਕਿ ਪੁਰਾਣੀ ਆ। ਸੋ ਇਹ ਉਹਨਾਂ ਦਾ ਵੇਰਵਾ ਵਾ ਉਹ ਸਿੰਘਾਂ ਦਾ। ਇਹ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਹੋਇਆ, ਸਾਕਾ ਲਫ਼ਜ਼ ਉਹ ਹੁੰਦਾ ਜਦੋਂ ਬਿਲਕੁਲ ਸ਼ਾਂਤਮਈ ਰੂਪ ਦੇ ਵਿੱਚ, ਜਿਵੇਂ ਗੁਰੂ ਕੇ ਬਾਗ ਦਾ ਸਾਕਾ, ਸਾਕਾ ਚਮਕੌਰ ਸਾਹਿਬ ਦਾ, ਕਿਉਂਕਿ ਅਕਸਰ ਜਦੋਂ ਅਸੀਂ ਵਿਚਰਦੇ ਹਾਂ ਅਸੀਂ ਲਫ਼ਜ਼ਾਂ ਨੂੰ ਰਲਾ ਦਿੰਦੇ ਹਾਂ, ਕਈ ਵਾਰੀ ਆਪਾਂ ਵੇਖਦੇ ਹਾਂ ਸਾਕਾ ਚਮਕੌਰ ਕਹਿਣ ਲੱਗ ਪੈਂਦੇ, ਜਦਕਿ ਉਹ ਚਮਕੌਰ ਦੀ ਜੰਗ ਆ। ਇਹ ਦੱਸਣਾ ਬੜਾ ਜ਼ਰੂਰੀ ਹੋ ਜਾਂਦਾ ਜਿਹੜੇ ਜਾਣਕਾਰ ਹੋਣ ਇੱਥੇ ਅੱਗੇ। ਹੁਣ ਚਾਹੇ ਅਸੀਂ ਪਰਲੇ ਪਾਸੇ ਤੋਂ ਸ਼ੁਰੂ ਹੋਣਾ ਸੀ ਪਰ ਹੁਣ ਘੁੰਮਦੇ ਘੁੰਮਾਉਂਦੇ ਇੱਥੋਂ ਹੀ ਆ ਗਏ ਹਾਂ। ਇਹ ਸਿੱਖ ਵਿਦਵਾਨਾਂ ਦੀਆਂ ਤਸਵੀਰਾਂ ਨੇ। ਇਸ ਤੋਂ ਇਲਾਵਾ ਜਿਹੜੀਆਂ ਲਹਿਰਾਂ ਚੱਲੀਆਂ, ਸਿੰਘ ਸਭਾ ਲਹਿਰ, ਬੱਬਰ ਅਕਾਲੀ ਲਹਿਰ, ਅਕਾਲੀ ਲਹਿਰ, ਗਦਰ ਲਹਿਰ ਮੋਰਚਾ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਇਹ ਜਿਹੜੀਆਂ ਥੱਲੜੀਆਂ ਤਸਵੀਰਾਂ ਨੇ, ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ, ਭਾਈ ਕਾਨ ਸਿੰਘ ਨਾਭਾ, ਸਿੱਖ ਵਿਦਵਾਨ ਹੋਏ ਆ। ਅਤੇ ਇਸ ਤੋਂ ਇਲਾਵਾ ਜਿਹੜਾ ਹਾਲ ਉਸ ਵੇਲੇ ਸਿੱਖਾਂ ਦਾ ਸੀ, ਤੁਸੀਂ ਜਾਣਦੇ ਹੋ ਕਿ ਤਕਰੀਬਨ ਜੰਜੀਰਾਂ ਇੰਜ ਹੀ ਅੱਜ ਮੌਜੂਦ ਨੇ। ਸੋ ਇਹਦੀ ਬਾਬਤ ਅੱਗੇ ਪਰਮਜੀਤ ਸਿੰਘ ਦੱਸਦੇ ਆ। ਸਾਨੂੰ ਇਹ ਸਮਝਣ ਦੀ ਲੋੜ ਆ ਕਿ ਜਿਹੜਾ ਗੋਰਿਆਂ ਨੇ ਆ ਕੇ ਕੀ ਕੀਤਾ, ਬਦਲੀ ਕੀ ਕੀਤਾ ਮੁਗਲਾਂ ਅਤੇ ਅਫਗਾਨਾਂ ਤੋਂ ਬਾਅਦ, ਗੋਰਿਆਂ ਨੇ ਫਿਜ਼ੀਕਲੀ ਟੋਰਚਰ ਕੀਤਾ ਪਰ ਇਸ ਗਿਣਤੀ 'ਚ ਨਹੀਂ ਕੀਤਾ, ਮੁਗਲਾਂ ਅਤੇ ਅਫਗਾਨਾਂ ਵੇਲੇ ਨਹੀਂ ਕੀਤਾ। ਉਹਨਾਂ ਨੇ ਉਹ ਟੋਰਚਰ ਦੀ ਗਿਣਤੀ ਘਟਾਈ ਅਤੇ ਸਿੱਖਾਂ ਦੇ ਦਿਮਾਗਾਂ ਨੂੰ ਮੈਨੂਪਲੇਟ ਕਰਨਾ ਸ਼ੁਰੂ ਕਰ ਦਿੱਤਾ। ਉਹ ਸਿਲਸਿਲਾ ਨਾ, ਇਹ ਜਿਹੜਾ ਟਰਮ ਆ ਸਾਨੂੰ 1849 ਇੱਥੋਂ ਜੋ ਸਿਲਸਿਲਾ ਸ਼ੁਰੂ ਹੋਇਆ ਜ਼ਰੂਰ ਸਮਝਣਾ ਚਾਹੀਦਾ। ਸੋ ਟੋਰਚਰ ਹੋਇਆਂ ਦੀ ਤਸਵੀਰਾਂ ਅਸੀਂ ਜ਼ਰੂਰ ਲਾਈਆਂ ਸਾਕੇ ਵਾਪਰੇ, ਪਰ ਉਸ ਲੈਵਲ 'ਤੇ ਨਹੀਂ ਜੋ ਉਦੋਂ ਪਿੱਦਾ ਪਿੱਛੇ ਹੁੰਦਾ ਸੀ। ਸੋ ਇਹਨਾਂ ਨੇ ਸਾਰਾ ਵਰਤਾਰਾ ਜਿਹੜਾ ਉਹਨੂੰ ਪੁੱਠਾ ਗੇੜਾ ਦਿੱਤਾ ਜੀ। ਹਾਂ, ਇੱਕ ਬਹੁਤ ਧਿਆਨ ਮੰਗਦੀ ਆ ਤਸਵੀਰ, ਭਾਈ ਮਹਾਰਾਜ ਸਿੰਘ ਜੀ ਜਿਹੜੇ ਸਿੰਗਾਪੁਰ ਦੇ ਵਿੱਚ ਪੂਰੇ ਹੋ ਗਏ ਸਨ, ਜਿਨ੍ਹਾਂ ਨੂੰ ਉੱਥੇ ਕੈਦ ਕੀਤਾ ਗਿਆ ਜਦੋਂ ਉਹਨਾਂ ਦੀ ਗ੍ਰਿਫਤਾਰੀ ਜਲੰਧਰ ਤੋਂ ਹੋਈ ਆ, ਅਤੇ ਉਸ ਵੇਲੇ ਕਿਵੇਂ ਪ੍ਰਚਾਰਿਆ ਗਿਆ, ਜਲੰਧਰ ਦਾ ਡੀ ਸੀ ਕਹਿੰਦਾ ਕਿ ਬਹੁਤ ਤਗੜਾ ਬਾਗੀ ਅਸੀਂ ਫੜ, ਇਹਨਾਂ ਨੂੰ ਜਲੰਧਰ ਰੱਖਿਆ ਜੀ, ਜਲੰਧਰ ਜੇ ਲੈ ਕੇ ਗਏ ਅਤੇ ਬਹੁਤ ਸਿੱਖਾਂ ਨੇ ਜਕਾਰੇ ਲਾਏ, ਅਤੇ ਇਸ ਗੱਲ ਤੋਂ ਗੌਰਮੈਂਟ ਘਬਰਾ ਗਈ, ਉਹ ਕਹਿੰਦੇ ਤੇ ਇਹਨੂੰ ਛੇਤੀ ਰਿਹਾ ਕਰਾ ਦੇਣਗੇ। ਫਿਰ ਇਹਨਾਂ ਨੂੰ ਸਿੰਗਾਪੁਰ ਜਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ, ਅਤੇ 6 ਸਾਲ ਬਾਅਦ ਇਹਨਾਂ ਨੂੰ, ਕਿਉਂਕਿ ਰੋਟੀ ਦੀ ਬਹੁਤ ਪ੍ਰੋਬਲਮ ਸੀ, ਵੰਨਸਵੰਨਾ ਹੋਰ ਭੋਜਨ ਮਿਲਦਾ ਸੀ, ਉੱਥੇ ਇਹਨਾਂ ਦੀ ਮੌਤ ਹੋਈ। ਸੇ 1856 ਦੇ ਏਡੇ ਗੇੜੇ ਦੀ ਫੋਟੋ ਆ, ਉਦੋਂ ਜਿਹੜੇ ਪੰਜਾਬ 'ਚ ਕੈਮਰੇ ਜਿਹੜੇ ਆ ਉਹ ਆਏ ਸੀ ਜੀ। ਹਾਂ ਬਿਲਕੁਲ, ਇਹ ਤਸਵੀਰ ਵੀ ਸ਼ਾਇਦ ਫਿਰ ਸਿੰਗਾਪੁਰ ਦੀ ਆ। ਹਾਂਜੀ, ਮੈਂ ਉਹ ਸਥਾਨ ਵੇਖਿਆ ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ ਸਿੰਗਾਪੁਰ ਦੇ ਵਿੱਚ। ਅੱਗੇ ਗੱਲ ਆ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ, ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਵੱਖ ਵੱਖ ਰੂਪ ਜਿਹੜੇ ਆ ਇੱਥੇ ਲਾਏ ਹੋਏ ਆ। ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਅੱਗੇ ਜਨਰੇਸ਼ਨ ਆ ਕੋਲ ਆ, ਉਹਨਾਂ ਬਾਰੇ ਵੀ ਅੱਗੇ ਪਰਮਜੀਤ ਸਿੰਘ ਦੱਸ ਰਹੇ ਸਾਨੂੰ।
ਹਾਂਜੀ, ਆ ਉਹਨਾਂ ਦੀਆਂ ਵੱਖ ਵੱਖ ਜਿਹੜੇ ਕੇਸਾਂ ਤੋਂ ਬਗੈਰ ਅਤੇ ਕੇਸਾਂ ਸਭ ਸੂਰਤ ਜਿਹੜੀਆਂ ਤਸਵੀਰਾਂ ਵਾ, ਅਤੇ ਉਹ ਉਹਨਾਂ ਦੀ ਜਿਹੜੀ ਆ ਘਰਵਾਲੀ ਆ ਬੰਬਾ ਮੁੱਲਰ ਉਹਨਾਂ ਦੀ ਆ। ਆ ਉਹਨਾਂ ਦੇ 8 ਬੱਚੇ ਆ, ਪਰ ਇਹਨਾਂ ਦੀ ਕੋਈ ਜਨਰੇਸ਼ਨ ਜਿਹੜੀ ਆ ਉਹ ਅੱਗੇ ਨਹੀਂ ਵਧੀ। ਆ ਇਹਨਾਂ ਦੀ ਸਮਾਧ ਵੀ ਜਿਹੜੀ ਉਹਨਾਂ ਦੇ ਨਾਲ ਹੀ ਜਿਹੜੀ ਆ ਇੰਗਲੈਂਡ ਵਿੱਚ ਇਸ ਟਾਈਮ ਬਣੀ ਹੋਈ ਆ। ਸੋ ਮੇਨ ਜਿਹੜੀ ਆ ਇਹਨਾਂ ਦੀ ਆ ਆਪਾਂ ਨੂੰ ਜਾਣਨ ਦੀ ਲੋੜ ਆ, ਸੋਫੀ ਅਲੈਗਜ਼ੈਂਡਰ, ਇਹਨਾਂ ਬਾਰੇ ਆਪਾਂ ਵੇਰਵਾ ਵੀ ਲਿਖਿਆ। ਸੋ ਇਹਨਾਂ ਨੇ ਕਾਫੀ ਇੱਕ ਵਾਰੀ ਇਹਨਾਂ ਨੂੰ ਜਾਗੇ ਵੀ ਸਿੱਖ ਕੌਮ ਬਾਰੇ, ਪਰ ਬਾਕੀ ਜਿੱਦਾਂ ਅਸੀਂ ਵੇਖਦੇ ਹਾਂ ਕਿ ਬਾਕੀ ਉਸ ਲੈਵਲ 'ਤੇ ਜਾਗ ਨਹੀਂ ਸਕੇ ਸਿੱਖਾਂ ਪ੍ਰਤੀ। ਗੋਰਿਆਂ ਨੇ ਐਸਾ ਮਤਲਬ ਉਸ ਪੀੜ੍ਹੀ ਨੂੰ ਹੀ ਸਾਨੂੰ ਯੂਟਰਨ ਮਰਾ ਦਿੱਤਾ ਕਿ ਆਪਾਂ ਮੁੜ ਲਈਏ ਛੇਤੀ ਚੜ੍ਹ ਨਹੀਂ ਸਕੇ। ਹਾਂਜੀ, ਇਸ ਤੋਂ ਅੱਗੇ ਆਪਾਂ ਵੱਧਦੇ ਹਾਂ, ਇੱਕ ਮਿੰਟ ਤੁਹਾਨੂੰ ਦਿਖਾਉਂਦੇ ਹਾਂ ਕਿ ਦੁਬਾਰਾ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਉਤਲੇ ਪਾਸੇ ਕੋਟ ਆ ਅਤੇ ਥੱਲੜਾ ਜਿਹੜਾ ਮਹਿਲ ਆ ਜਿੱਥੇ ਮਹਾਰਾਜਾ ਦਲੀਪ ਸਿੰਘ ਆਰਾਮ ਕਰਦੇ ਰਹੇ। ਇਹ ਸ਼ਾਹਾਨਾ ਪੋਸ਼ਾਕ ਆ ਮਹਾਰਾਜਾ ਦਲੀਪ ਸਿੰਘ ਦੀ ਜੀ। ਆਪਾਂ ਇਸ ਤੋਂ ਅੱਗੇ ਹੋਰ ਤਸਵੀਰਾਂ ਵੱਲ ਵੱਧ ਰਹੇ ਹਾਂ। ਹਾਂਜੀ, ਜਿਹੜਾ ਸਿੱਖ ਐਂਗਲੋ ਵਾਰਸ ਹੈ ਤਕਰੀਬਨ ਆਪਾਂ ਉਹਨਾਂ ਵਿੱਚ ਪਹੁੰਚ ਚੁੱਕੇ ਹਾਂ ਜੀ। ਆ ਸੰਧੀ ਹੋਈ ਜੀ 1809 ਦੇ ਵਿੱਚ ਹੀ, ਸ਼ਾਇਦ 4 'ਚ ਲਿਖੀ ਗਈ ਆ, ਇਹ ਗੋਰਿਆਂ ਅਤੇ ਈਸਟ ਇੰਡੀਆ ਕੰਪਨੀ ਦੇ ਵਿੱਚ। ਸੋ ਜਦੋਂ ਅਸੀਂ ਆਪਾਂ ਅੱਜ ਗੱਲ ਕਰਦੇ ਹਾਂ ਨਾ ਆਪਾਂ ਵੀ ਰਲ ਕੇ ਚੱਲੀਏ, ਸਿੱਖਾਂ ਨੇ ਇੱਕੇ ਵਾਰੀ ਰਲਾ ਕੀਤਾ, ਉਹੀ ਸਰਦਾਰ ਨਵਾਬ ਕਪੂਰ ਸਿੰਘ ਦੇ ਸਮੇਂ 'ਤੇ। ਉਹ ਵੀ ਆਪੇ ਜਿਹੜਾ ਆਪਾਂ ਹਾਂਜੀ ਚੱਲ ਕੇ ਆਈ ਸੀ, ਉਹ ਵੀ ਅਸੀਂ ਠੁਕਰਾ ਦਿੱਤੀ, ਸਿੱਖਾਂ ਨੇ ਆਪਣੇ ਆਪ ਨੂੰ ਕੋਸਿਆ। ਸੋ ਆਪਾਂ ਨੂੰ ਇਹ ਗੱਲਾਂ ਇਹ ਸਮਝਣੀਆਂ ਚਾਹੀਦੀਆਂ ਕਿ ਬਰਾਬਰ ਦੀ ਧਿਰਾਂ ਵਿੱਚ ਸੰਧੀਆਂ ਹੁੰਦੀਆਂ ਵਾ, ਤਰਲੇ ਨਹੀਂ ਹੁੰਦੇ। ਸੋ ਇਹ ਉਦੋਂ ਦੀ ਜਿਹੜੀ ਆਪਾਂ ਨੂੰ ਹੁਣ ਨੈੱਟ 'ਤੇ ਵੀ ਅਵੇਲੇਬਲ ਆ। ਸੋ ਆਹ ਟ੍ਰੈਜਡੀ ਵੇਖੋ ਕੌਮ ਦੀ ਕਿ ਆਹ ਜਿਹੜੀਆਂ ਤੋਪਾਂ ਬਾਹਰ ਪਈਆਂ ਉਹ ਚੰਗੀਆਂ ਵਾ, ਆਹ ਮੁਦਗੀ ਵਿੱਚ ਜਿਹੜੀ ਹੁਣ ਦੀ ਪ੍ਰੈਜੈਂਟ ਕੰਡੀਸ਼ਨ ਆ ਤੋਪ ਦੀ, ਉਹ ਬਿਲਕੁਲ ਟੁੱਟ ਚੁੱਕੀ ਆ। ਇੱਥੋਂ ਸਾਡਾ ਵਿਰਸਾ ਕੋਈ ਵੀ ਸਾਂਭ ਸੰਭਾਲ ਜਿਹੜੀ ਇਸ ਮੁਲਕ ਵਿੱਚ ਉਹ ਨਹੀਂ ਹੋ ਰਹੀ। ਉਹਦਾ ਅਸਲੀ ਕਿਲਾ ਜੀ ਉਦੋਂ ਦੀ ਪੁਰਾਤਨ ਫੋਟੋ ਜਿੱਥੇ ਹਰੀ ਸਿੰਘ ਨਲੂਆ ਜੀ ਸ਼ਹੀਦ ਹੋਏ ਸੀ। ਹਾਂਜੀ, ਆਹ ਕਿਲੇ ਦੀ ਆ ਜਿਹੜਾ ਸ਼ਾਹੀ ਕਿਲਾ ਜਿਹਨੂੰ ਕਿਹਾ ਜਾਂਦਾ, ਇਹ ਪਾਕਿਸਤਾਨ ਲਾਹੌਰ ਵਿੱਚ ਹੈ ਜੀ। ਜਿਹੜੇ ਪੁਰਾਤਨ ਸ਼ਸਤਰ ਆ ਜਿਹਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਹੁਣਾਂ ਦਾ ਪਿਸਤੌਲ ਅਤੇ ਇਸ ਤੋਂ ਥੱਲੇ ਜੋ ਜਿਵੇਂ ਅਸੀਂ ਕੈਮਰਾ ਘੁਮਾ ਰਹੇ ਹਾਂ ਬਾਬਾ ਗੁਰਬਖਸ਼ ਸਿੰਘ ਜਿਹੜੇ ਨਿਹੰਗ ਸਿੰਘ ਉਹਨਾਂ ਦਾ ਪਿਸਤੌਲ ਆ, ਇਸ ਤੋਂ ਥੱਲੇ ਜਿਹੜਾ ਸਰਦਾਰ ਜੋਰਾਵਰ ਸਿੰਘ ਜਿਹੜੇ ਜਰਨਲ ਹੋਏ ਆ ਉਹਨਾਂ ਦਾ ਪਿਸਤੌਲ ਆ, ਇਸ ਤੋਂ ਥੱਲੇ ਮਹਾਰਾਜਾ ਦਲੀਪ ਸਿੰਘ ਦੀ ਕਿਰਪਾਨ ਜੋ ਸੈਂਟਰਲ ਮਿਊਜ਼ੀਅਮ ਲਾਹੌਰ ਦੇ ਵਿੱਚ ਸ਼ੋਭਿਤ ਆ। ਇਸ ਕਿਰਪਾਨ ਦੇ ਬਲ ਨਾਲ ਜਿਹੜਾ ਰਾਜ ਕਾਇਮ ਕੀਤਾ ਗਿਆ ਹਰੀ ਸਿੰਘ ਨਲੂਆ ਹੁਣਾਂ ਦੀ ਕਿਰਪਾਨ ਜਰਨੈਲ ਦੀ, ਹਾਂਜੀ ਸਿੱਖੀ ਦੇ ਵਿੱਚ ਜਿਹੜਾ ਸ਼ਹਾਦਤਾਂ ਦਾ ਦੌਰ ਚੱਲਿਆ ਜਿਹਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਕਿ ਤੁਸੀਂ ਵੇਖ ਰਹੇ ਹੋ, ਇਹ 18ਵੀਂ ਸਦੀ ਦੇ ਵਿੱਚ ਜਕਰੀਏ ਦੀ ਹਕੂਮਤ ਵੇਲੇ ਜੋ ਕੁਛ ਵਾਪਰਿਆ, ਮੀਰ ਮਨੂ ਦੇ ਸਮੇਂ ਜੋ ਕੁਛ ਵਾਪਰਿਆ। ਜਿਹੜੇ ਅਗਲੇ ਦ੍ਰਿਸ਼ ਨੇ ਉਤੋਂ ਅੱਗੇ ਕਿ ਮੀਰ ਮਨੂ ਦੀਆਂ ਜੇਲ੍ਹਾਂ ਦੇ ਵਿੱਚ ਕਿਵੇਂ ਸਿੱਖਾਂ ਨੂੰ ਕੈਦ ਕੀਤਾ ਗਿਆ, ਸਿੱਖ ਬੀਬੀਆਂ ਦਾ ਜਿਹੜਾ ਸਿੱਧਕ ਆ ਉਹਨਾਂ ਦੇ ਬੱਚਿਆਂ ਦੇ ਟੋਟੇ ਜਿਹੜੇ ਆ ਗਲਾਂ ਦੇ ਵਿੱਚ ਪਾ ਦਿੱਤੇ ਗਏ, ਹਾਰ ਪਰੋ ਪਰੋ ਕੇ ਗਲਾਂ 'ਚ ਪਾਏ, ਪਰ ਉਹ ਸਿੱਖੀ ਦੇ ਉੱਤੇ ਕਾਇਮ ਰਹੇ। ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜੀ ਭਾਈ ਤਾਰੂ ਸਿੰਘ ਸ਼ਹੀਦ ਜਿਸ ਥਾਂ ਦੇ ਉੱਤੇ ਸ਼ਹੀਦ ਕੀਤੇ ਗਏ ਜਦੋਂ ਖੋਪੜਾ ਲਾ ਦਿੱਤਾ ਗਿਆ ਸਿਰ ਤੋਂ, ਸਿੱਖ ਨੇ ਆਪਣੇ ਕੇਸ ਨਹੀਂ ਕਤਲ ਹੋਣ ਦਿੱਤੇ ਅਤੇ ਆਪਣਾ ਕੇਸਾਂ ਸਮੇਤ ਖੋਪੜਾ ਉਤਰਵਾਇਆ, ਇਹ ਲਾਹੌਰ ਦੇ ਵਿੱਚ ਉਹਨਾਂ ਨੂੰ ਜਿਹੜੀ ਸ਼ਹਾਦਤ ਜਿਹੜੀ ਪ੍ਰਾਪਤ ਹੋਈ ਹੈ। ਆਪਾਂ ਇਸ ਤੋਂ ਹੋਰ ਅੱਗੇ ਚੱਲ ਰਹੇ ਹਾਂ, ਇੱਕ ਵੱਡੀ ਮਿਹਨਤ ਜਿਹੜੀ ਆ ਪਰਮਜੀਤ ਸਿੰਘ ਹੁਣ ਵੱਲੋਂ ਕੀਤੀ ਗਈ ਆ, ਬਾਅਦ ਜਿਹੜਾ ਜਿਸ ਨੂੰ ਜਿਵੇਂ ਲਿਖਤ ਇੱਥੇ ਮਿਲ ਰਹੀ ਆ ਕਿ 6ਵੇਂ 7ਵੇਂ 9ਵੇਂ ਅਤੇ 10ਵੇਂ ਪਾਤਸ਼ਾਹ ਵੱਲੋਂ ਬਾਜ ਨੂੰ ਰੱਖਿਆ ਗਿਆ, ਇਸੇ ਤਰੀਕੇ ਨਾਲ ਜਿਹੜਾ
ਜਾਨਵਰਾਂ ਦੇ ਵਿੱਚੋਂ ਰਾਜਾ ਵਾ, ਉਹ ਸ਼ੇਰ ਹੈ, ਉਸ ਦੀ ਤਸਵੀਰ ਲਾਈ ਗਈ ਆ। ਅਤੇ ਇੱਧਰ ਦੂਸਰੇ ਪਾਸੇ ਗੱਲ ਕਰੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇਗਾ ਜਿਹੜਾ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ, ਗੁਰੂ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹ ਦਾ ਤੇਗਾ, ਅਤੇ ਇਸ ਤੋਂ ਬਿਲਕੁਲ ਥੱਲੇ ਨੌਵੀਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਕਿਰਪਾਨਾਂ ਨੇ। ਥੱਲੜੇ ਦ੍ਰਿਸ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਦੀਆਂ ਬੰਦੂਕਾਂ, ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਕਟਾਰ, ਇਹ ਜੋ ਬੰਦੂਕਾਂ ਤਿੰਨ ਦਿਸ ਰਹੀਆਂ ਨੇ ਇਹ ਬੀਬੀ ਭਾਗ ਕੌਰ ਹੋਣਾ ਦੀਆਂ, ਅਤੇ ਇਹ ਨਾਗਣੀ ਵਰਸ਼ਾ ਜਿਹੜਾ ਭਾਈ ਬਚਿੱਤਰ ਸਿੰਘ ਹੋਣਾ ਨੇ ਮਸਤ ਹਾਥੀ ਨੂੰ ਜਾ ਕੇ ਉਹਦੇ ਮੱਥੇ ਦੇ ਵਿੱਚ ਵਾਰ ਕੀਤਾ। ਅਤੇ ਇਹ ਤੁਸੀਂ ਜੋ ਹੁਣ ਵੇਖ ਰਹੇ ਹੋ ਇਹ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਤਸਵੀਰਾਂ ਨੇ, ਜਿਹੜੇ ਸਾਡੇ ਪੁਰਾਤਨ ਸਰੂਪ ਨੇ ਗੁਰਦੁਆਰਾ ਸਾਹਿਬਾਂ ਦੇ, ਆਪਾਂ ਉਹ ਸਾਂਭ ਨਹੀਂ ਸਕੇ। ਜਿਵੇਂ ਸ਼ਹੀਦ ਦੀ ਬੁਰਜ, ਸ਼ਹੀਦ ਅਸਥਾਨ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ ਹੋਣਾ ਦਾ, ਉਸ ਦਾ ਚਿੱਤਰ ਤੁਸੀਂ ਵੇਖ ਰਹੇ ਹੋ। ਇਸ ਬਾਬਤ ਆਪਾਂ ਥੋੜ੍ਹੀ ਜਿਹੀ ਸੰਖੇਪ ਗੱਲ ਕਰਕੇ ਫਿਰ ਆਪਾਂ ਸਮਾਪਤੀ ਵੱਲ ਵਧਣਾ। ਜਿਹੜਾ ਇਹ ਰੂਪ ਆ, ਪਹਿਲਾਂ ਨਾ ਤਾਂ ਕੱਚੀ ਗੜੀ ਦਾ ਰਿਹਾ, ਨਾ ਠੰਡੇ ਬੁਰਜ ਦਾ ਰਿਹਾ, ਨਾ ਕੋਈ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਰਿਹਾ। ਸੋ ਇਸ ਤਰੀਕੇ ਨਾਲ ਇੱਕ ਤਰ੍ਹਾਂ ਦੀ ਇਲਮੀਨੇਸ਼ਨ ਹੋਈ ਆ ਸਾਡੀਆਂ ਉਹਨਾਂ ਪੁਰਾਣੀਆਂ ਯਾਦਗਾਰਾਂ ਦੀ। ਇਸ ਸੀਨ ਬਾਰੇ ਕੀ ਸੋਚਦੇ ਹੋ? ਅੱਜ ਤਾਂ ਫਿਰ ਤਸਵੀਰਾਂ ਦਾ ਹਿੱਸਾ ਹੀ ਰਹਿ ਗਿਆ ਹੈ। ਵੇਖੋ ਜੀ, ਇਹ ਸਾਡੇ ਸਾਹਮਣੇ ਅੱਖਾਂ 'ਤੇ ਹੋ ਰਿਹਾ। ਸੋ ਸਾਡਾ ਉਲਾਮਾ ਵੀ ਅਤੇ ਸਾਡੀ ਜਿਹੜੀ ਅਰਦਾਸ ਹੀ ਆ ਨਾ, ਉਹ ਤਾਂ ਗੁਰੂ ਅੱਗੇ ਆ, ਸਾਡਾ ਉਲਾਮਾ ਸਿੱਖਾਂ ਨੂੰ ਹੀ ਆ। ਅਸੀਂ ਸਰਕਾਰਾਂ ਨੂੰ ਜਾਂ ਕੋਸੀਏ ਨਾ ਜਾਂ ਕਹੀਏ ਨਾ, ਉਹਨਾਂ ਨੇ ਜੋ ਕੰਮ ਕਰਨਾ ਉਹਨਾਂ ਦਾ ਕੰਮ ਉਹ ਆਪਣਾ ਕਰੀ ਜਾਂਦੇ ਆ, ਸਾਨੂੰ ਆਪਣਾ ਕੰਮ ਆਪ ਸਾਂਭਣਾ ਚਾਹੀਦਾ। ਸੋ ਆਹ ਇੱਕ ਤਸਵੀਰ ਹੈ ਜੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ 4 ਮਹੀਨੇ ਜੇਲ੍ਹ 'ਚ ਰਹੇ ਬੱਸੀ ਪਠਾਣਾ ਦੀ। ਸੋ ਬਹੁਤ ਸਾਰੇ ਇੱਥੇ ਜਿਹੜੇ ਸਿੱਖ ਸੀ ਉਹਨਾਂ ਨੂੰ ਇਹਨਾਂ ਬਾਰੇ ਨਹੀਂ ਜਾਣਕਾਰੀ ਸੀ। ਹਾਂਜੀ, ਸੋ ਅਸਲ ਵਿੱਚ ਜੋ ਪੰਜਾਬ ਵਿੱਚ ਛੋਟਾ ਜਿਹਾ ਪੰਜਾਬ ਆ, ਸਾਨੂੰ ਉਹਦੇ ਬਾਰੇ ਵੀ ਬਹੁਤਾ ਜ਼ਿਆਦਾ ਖਾਸ ਨਹੀਂ ਪਤਾ। ਸੋ ਇਹ ਸਾਡੀ ਵੱਡੀ ਜਿਹੜੀ ਆ ਉਹ ਸਮੱਸਿਆ ਵਾ। ਅੱਜ ਤੁਸੀਂ ਕਿੰਨੀਆਂ ਤਸਵੀਰਾਂ ਇੱਥੇ ਸੁਸ਼ੋਭਿਤ ਕੀਤੀਆਂ? 260-70 ਦੇ ਕਰੀਬ ਜਿਹੜੀਆਂ ਵਾ, 160-70 ਤਸਵੀਰਾਂ ਵਾ ਜਿਹੜੀਆਂ ਉਹ ਲਾਈਆਂ। ਟੋਟਲ ਤੁਹਾਡੇ ਕੋਲ ਹੋਰ ਕਿੰਨਾ ਖਜ਼ਾਨਾ ਇਸ ਤਰ੍ਹਾਂ ਦਾ ਪਿਆ ਹੋਇਆ ਜਿਹੜਾ ਅਜੇ ਨਹੀਂ ਕਰ ਸਕੇ? ਹਾਂਜੀ, ਵੈਸੇ 9000 ਤਸਵੀਰਾਂ ਖੋਲੀਆਂ, ਪਰ ਕਿਉਂਕਿ ਜਗ੍ਹਾ ਜ਼ਿਆਦਾ ਚਾਹੀਦੀ ਆ ਅਤੇ ਉਹਦੇ ਲਈ ਜ਼ਿਆਦਾ ਮਿਹਨਤ ਚਾਹੀਦੀ ਆ, ਫਿਰ ਉਹਨਾਂ ਆਪਣੇ ਕੋਲ ਪ੍ਰਬੰਧ ਜਿੰਨਾ ਹੁੰਦਾ ਉਸ ਹਿਸਾਬ ਨਾਲ ਜਿਹੜੀ ਆ ਉਹ ਐਗਜੀਬਿਸ਼ਨ ਲਾਉਂਦੇ ਹਾਂ। ਸਿੱਖ ਸੰਗਤ, ਤੁਸੀਂ ਇਹ ਸਾਰਾ ਕੁਝ ਵੇਖਿਆ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ ਜਿਹੜੀ ਸਾਡੇ ਸਿੱਖ ਇਤਿਹਾਸ ਨੂੰ ਤਰਜਮਾਨੀ ਕਰਦੀ ਆ, ਉਸ ਨੂੰ ਤਸਵੀਰਾਂ ਦੇ ਰੂਪ ਦੇ ਵਿੱਚ ਦਰਸਾਉਂਦੀ ਆ। ਪਰਮਜੀਤ ਸਿੰਘ ਜਿਨ੍ਹਾਂ ਨੇ ਆਪਣੇ ਸਾਥੀ ਸਿੰਘਾਂ ਸਮੇਤ ਅੰਮ੍ਰਿਤਸਰ ਤੋਂ ਚੱਲ ਕੇ ਇੱਥੇ ਇਹ ਉਪਰਾਲਾ ਕੀਤਾ, ਕੋਈ ਗੱਲ ਆਖਰ ਦੇ ਵਿੱਚ ਸੰਦੇਸ਼ ਰੂਪ ਦੇ ਵਿੱਚ ਜਾਂ ਇੱਕ ਕੋਈ ਢੁਕਵਾਂ ਸੰਦੇਸ਼ ਦੇਣਾ ਚਾਹੋ ਤਾਂ ਤੁਸੀਂ ਸਾਡੇ ਰਾਹੀਂ, ਉਹਦੇ ਨਾਲ ਆਪਾਂ ਸਮਾਪਤੀ ਵੱਲ ਵਧਾਂਗੇ। ਹਾਂਜੀ, ਬ੍ਰਾਹਮਣਵਾਦ ਨੂੰ ਸਮਝਿਆ ਜਾਵੇ ਜੀ, ਬ੍ਰਾਹਮਣਵਾਦ ਦਾ ਨਵਾਂ ਨਾਂ ਮੋਡਰਨਿਟੀ ਆ। ਸੋ ਸਾਡੇ ਜਿਹੜੇ ਝਗੜੇ ਆ ਆਪਸੀ, ਉਹ ਬਹੁਤੇ ਜਿਹੜੇ ਆ ਉਹ ਮੋਡਰਨਿਟੀ ਦੇ ਹੀ ਆ। ਆਪਾਂ ਉਹਨੂੰ ਪੋਜ਼ਿਟਿਵ ਕਰਕੇ ਵੇਖ ਰਹੇ ਹਾਂ, ਅਸਲ ਵਿੱਚ ਉਹ ਟਰਮ ਨੈਗੇਟਿਵ ਆ। ਉਹ ਸਾਡੀਆਂ ਸਾਰੀਆਂ ਸ਼ਰਧਾ ਰੂਪੀ ਗੱਲਾਂ ਨੂੰ, ਸਾਡੇ ਇਤਿਹਾਸ ਨੂੰ, ਸਾਡੀ ਸਾਰੀ ਚੀਜ਼ਾਂ ਨੂੰ ਖਾਈ ਜਾਂਦੀ ਆ। ਅਸੀਂ ਇੱਕ ਪਾਸੇ ਵਹਿਮ ਨੂੰ ਅਤੇ ਇੱਕ ਪਾਸੇ ਤਰਕ ਨੂੰ ਕਰ ਰਹੇ ਹਾਂ। ਸੋ ਉਹ ਜਿਹੜੀ ਆ ਉਹ ਟਰਮਨੋਲੋਜੀ ਪ੍ਰੋਬਲਮੈਟਿਕ ਆ। ਸਾਡੇ ਵੀਰਾਂ ਭੈਣਾਂ ਨੂੰ ਉਹ ਗੱਲ ਨੂੰ ਸਮਝਣਾ ਚਾਹੀਦਾ, ਤਾਂ ਹੀ ਪਾਰ ਉਤਾਰਾ ਵਾ। ਜੇ ਬ੍ਰਾਹਮਣਵਾਦ ਨੂੰ ਨਹੀਂ ਸਮਝਾਂਗੇ ਤਾਂ ਉਹ ਸਾਨੂੰ ਨਿਕਲ ਜੂਗਾ। ਬ੍ਰਾਹਮਣਵਾਦ ਤੋਂ ਇਲਾਵਾ ਮੈਂ ਇਹ ਟਿੱਪਣੀ ਚਾਹੁੰਦਾ ਕਿ ਜਿਹੜਾ ਆਪਣਾ ਪੁਰਾਤਨ ਇਤਿਹਾਸ ਚਾਹੇ ਮੌਜੂਦਾ, ਉਹਦੇ ਬਾਰੇ ਸਿੱਖ ਆਪਣੀ ਜਿਹੜੀ ਵਚਨਬੱਧਤਾ ਵਾ ਜਾਂ ਕਹਿ ਲਓ ਉਹਨਾਂ ਦੀ ਜ਼ਿੰਮੇਵਾਰੀ ਆ, ਉਹਨੂੰ ਕਿਵੇਂ ਉਸ 'ਤੇ ਮਜ਼ਬੂਤ ਰਹਿਣ? ਪਹਿਲਾਂ ਤਾਂ ਉਹਨੂੰ ਸਮਝਿਆ ਜਾਵੇ ਨਾ, ਅਤੇ ਸਮਝਣ ਸੋਰਸਿਸ ਪੈਦਾ ਕੀਤੇ ਜਾਣ। ਇਹ ਸਿੱਖ ਜਿਹੜੇ ਅਵੇਅਰ ਆ ਉਹਨਾਂ ਲਈ ਵੀ ਬੇਨਤੀ ਆ ਕਿ ਉਹ ਪੈਦਾ ਕਰਨ,
ਕਿਸੇ ਨੂੰ ਕੋਈ ਪਤਾ ਹੋਊਗਾ ਤੈਨੂੰ ਬਚਾਉਣ ਜਾਊਗਾ ਨਾ, ਜਦੋਂ ਸਾਨੂੰ ਪਤਾ ਹੀ ਨਹੀਂ ਉਹਦੇ ਲਈ ਦਰਦ ਹੀ ਨਹੀਂ, ਆਪਾਂ ਬਚਾਵਾਂਗੇ ਕਿਉਂ? ਸਾਨੂੰ ਉਹ ਗੱਲਾਂ ਦਾ ਪਤਾ ਲੱਗੂ, ਅੱਜ ਬਹੁਤ ਸਾਰੇ ਸਿੱਖ ਹੀ ਉਹਨਾਂ ਨੂੰ ਪਹਿਲੀ ਵਾਰ ਵੇਖ ਕੇ ਉਹਨਾਂ ਦੀ ਅੱਖਾਂ ਖੁੱਲ੍ਹੀਆਂ ਰਹੇਗੀਆਂ, ਅੱਛਾ ਇਹ ਸਾਨੂੰ ਪਤਾ ਹੀ ਨਹੀਂ। ਸੋ ਅਸਲ ਵਿੱਚ ਅਸੀਂ ਸੋਰਸਿਸ ਪੈਦਾ ਕਰੀਏ, ਰਿਸੋਰਸ ਪੈਦਾ ਕਰੀਏ ਆਪਣੇ ਆਪਣੇ ਬੱਚਿਆਂ ਤੱਕ, ਅਸੀਂ ਪਹੁੰਚ ਕਰੀਏ। ਹੋ ਸਕਦਾ ਕਿ ਤੁਹਾਨੂੰ ਅਤੇ ਮੈਨੂੰ ਇਸ ਗੱਲਬਾਤ ਕਰਦਿਆਂ ਵੱਡੀਆਂ ਆਰਗਨਾਈਜੇਸ਼ਨਸ ਵੀ ਸੁਣ ਰਹੀਆਂ ਹੁਣ ਅਤੇ ਸੁਣਨਗੀਆਂ ਵੀ, ਵੱਡੀਆਂ ਸੰਸਥਾਵਾਂ ਜਿਨ੍ਹਾਂ ਕੋਲ ਬੜੇ ਸਾਧਨ ਨੇ, ਵਸੀਲੇ ਨੇ, ਉਹਨਾਂ ਤੱਕ ਕੋਈ ਸੰਦੇਸ਼? ਵੇਖੋ ਜੀ, ਜਿਹੜਾ ਵੀ ਸਿੱਖ ਆਪਣੇ ਆਪ 'ਚ ਕੁਛ ਕਰ ਸਕਦਾ ਨਾ, ਉਹੀ ਵੱਡਾ ਛੋਟਾ ਵਾ। ਸੋ ਅਸੀਂ ਸੰਦੇਸ਼ ਕਿਸੇ ਨੂੰ ਨਹੀਂ ਦੇ ਸਕਦੇ, ਇਹ ਗੁਰੂ ਦਾ ਹੀ ਸਾਰਿਆਂ ਨੂੰ ਸੰਦੇਸ਼ ਆ। ਸੋ ਅਸੀਂ ਸਾਡੀ ਭਗਤੀ ਤਾਂ ਕੰਪਲੀਟ ਹੋਣੀ ਆ ਜੇ ਅਸੀਂ ਇਹ ਕੰਮ ਕਰਦੇ ਹਾਂ। ਅਸੀਂ ਕਿਸੇ ਵਾਸਤੇ ਨਹੀਂ ਕਰਨਾ, ਅਸੀਂ ਆਪਣੇ ਵਾਸਤੇ ਕਰਨਾ। ਸਾਡਾ ਸਿਮਰਨ ਤਾਂ ਪੂਰਾ ਹੁੰਦਾ ਜੇ ਖਾਲਕ ਅਤੇ ਖਲਕਤ ਨਾਲ ਅਸੀਂ ਪਿਆਰ ਕਰਦੇ ਹਾਂ। ਸੋ ਖਲਕਤ ਨਾਲ ਪਿਆਰ ਕਰਕੇ ਅਸੀਂ ਕਿਸੇ 'ਤੇ ਅਹਿਸਾਨ ਨਹੀਂ ਕਰਨਾ, ਅਸੀਂ ਆਪਣਾ ਹੀ ਕੰਮ ਕਰਨਾ। ਜਿਵੇਂ ਇੱਕ ਕਾਲਜ ਵੱਲੋਂ ਜਾਂ ਸਕੂਲ ਵੱਲੋਂ ਸਾਨੂੰ ਕੋਈ ਅਸਾਈਨਮੈਂਟ ਮਿਲੀ ਹੋਵੇ ਨਾ, ਅਸਾਈਨਮੈਂਟ ਕਰਕੇ ਅਸੀਂ ਆਪਣਾ ਹੀ ਕੰਮ ਕਰਨਾ। ਸੋ ਆਪਣਾ ਹੀ ਕੰਮ ਆ, ਸਾਡੀ ਭਗਤੀ ਤਾਂ ਪੂਰੀ ਹੁੰਦੀ ਆ ਜੇ ਅਸੀਂ ਕੰਮ ਕਰਾਂਗੇ। ਸੋ ਅਸੀਂ ਕਿਸੇ ਵੀ ਦੂਜੇ ਤੋਂ ਨਾ ਆਸ ਰੱਖੀਏ। ਸੋ ਅਸੀਂ ਜਿਹੜੀ ਗੋਸ਼ਟੀ ਦੀ ਪਰੰਪਰਾ ਵਾ ਉਹ ਸ਼ੁਰੂ ਕਰੀਏ, ਸਿਰ ਜੋੜ ਕੇ ਬੈਠੀਏ। ਸੋ ਕਿਸੇ ਇੱਕ ਵੱਲ ਉਂਗਲ ਤਾਂ ਹੀ ਹੋਊਗੀ ਜਦੋਂ ਅਸੀਂ ਕਿਸੇ ਤੋਂ ਜ਼ਿਆਦਾ ਆਸ ਰੱਖਾਂਗੇ। ਹਾਂਜੀ, ਪਰਮਜੀਤ ਸਿੰਘ ਉਹਨਾਂ ਨੇ ਆਖਰੀ ਦੋ ਤਿੰਨ ਪੈਰਿਆਂ ਦੇ ਵਿੱਚ ਤਕਰੀਬਨ ਗੱਲ ਮੁਕੰਮਲ ਕਰ ਦਿੱਤੀ ਆ। ਮੈਨੂੰ ਲੱਗਦਾ ਨਹੀਂ ਕਿ ਹੋਰ ਉਸਨੂੰ ਅੱਗੇ ਗਾੜੀ ਖੋਲਿਆ ਜਾਵੇ, ਤੁਸੀਂ ਖੁਦ ਸਮਝਦਾਰ ਹੋ। ਸੋ ਇਹਨਾਂ ਜਿਹੜਾ ਸਿੱਖਾਂ ਦਾ ਇਹ ਉਪਰਾਲਾ ਵਾ, ਅਸੀਂ ਇਸ ਨੂੰ ਵਧਾਈ ਦੇ ਪਾਤਰ ਨੇ ਇਹ ਸਾਡੇ ਲਈ ਕਿ ਇਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਆ, ਕਿਉਂਕਿ ਕਿਸੇ ਗੱਲ ਨੂੰ ਵੀ ਸ਼ੁਰੂਆਤੀ ਕਦਮ ਜਿਹੜਾ ਉਹ ਬਹੁਤ ਔਖਾ ਹੁੰਦਾ। ਠੀਕ ਆ, ਆਉਣ ਵਾਲੇ ਸਮੇਂ 'ਚ ਕੋਈ ਸਹਿਯੋਗ ਮਿਲਣ ਲੱਗ ਪਵੇ ਸਿੱਖਾਂ ਵੱਲੋਂ, ਜਾਂ ਕਿਉਂਕਿ ਮੈਂ ਸਮਝਦਾ ਵਾਂ ਕਿ ਇਸ ਆਪਣੇ ਥਾਂ ਤੋਂ ਚੱਲ ਕੇ, ਆਪਣੇ ਸਥਾਨ ਤੋਂ ਤੁਰ ਕੇ ਜਗ੍ਹਾ ਦਾ ਮੈਨੇਜ ਕਰਨਾ, ਰਹਿਣ ਸਹਿਣ ਦਾ ਕਰਨਾ ਬਹੁਤ ਔਖਾ ਹੁੰਦਾ, ਸਫ਼ਰ ਦਾ ਵੀ ਔਖਾ ਹੁੰਦਾ। ਸੋ ਫਿਰ ਵੀ ਇਹ ਹਿੰਮਤ ਨਾ ਹਾਰਨ ਵਾਲੇ ਬੰਦੇ ਆ। ਸੋ ਅਸੀਂ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।